ਹੁਣ ਫਿਰ ਕਿੰਨੀ ਕੁ ਖੁਸ਼ੀ ਹੈ ਬਿਲਕੁਲ ਨੇੜੇ ਆ ਕੇ ਓਲੰਪਿਕ ਦਾ ਟਿਕਟ ਹਾਸਲ ਹੋ ਗਿਆ ਖੁਸ਼ੀ ਨਹੀਂ ਹੈਗੀ ਕੰਪੀਟੀਸ਼ਨ ਫਰਵਰੀ ਦੇ ਵਿੱਚ ਮਿਲੇ ਉਦੋਂ ਮੈਂ ਫਿੱਟ ਨਹੀਂ ਸੀਗਾ ਜਦੋਂ ਬੰਦਾ ਅਥਲੀਟ ਬਣਦਾ ਜਾਂ ਕੋਈ ਵੀ ਕਿਸੇ ਵੀ ਗੇਮ ਦੇ ਵਿੱਚ ਆਉਂਦਾ ਉਸ ਪਲੇਅਰ ਦਾ ਸੁਪਨਾ ਹੀ ਹੁੰਦਾ ਵੀ ਮੈਂ ਓਲੰਪਿਕ ਜਾਣਾ ਹੀ ਜਾਣਾ ਪਹਿਲਾਂ ਮੇਰਾ ਟਾਰਗੇਟ ਹੁੰਦਾ ਵੀ ਮੈਂ 2012 ਵਾਲੀ ਓਲੰਪਿਕ ਖੇਡੂੰਗਾ ਫਿਰ 2016 ਵਾਲੀ ਓਲੰਪਿਕ ਦਾ ਟਾਰਗੇਟ ਸੀ ਵੀ ਮੈਂ ਖੇਡੂੰਗਾ ਫਾਦਰ ਦੀ ਡੈਥ ਹੋ ਗਈ ਸੀਗੀ ਤੁਹਾਡਾ ਗੋਲਡ ਵੀ ਨਹੀਂ ਸੀ ਦੇਖ ਸਕੇ ਉਸ ਟਾਈਮ ਤੇ ਮੈਨੂੰ ਲੱਗਦਾ ਸੀਗਾ ਵੀ ਮੈਂ ਗੇਮ ਛੱਡਦਾ ਹੁਣ ਵੀ ਮੈਨੂੰ ਕੋਈ ਕੰਮ ਕਰਨਾ ਚਾਹੀਦਾ ਜਾਂ ਮੈਂ ਬਾਹਰ ਚੱਲ ਜਾਂ ਆਪਦੇ ਆਪ ਨੂੰ ਮੈਂ ਵਿਚਾਰ ਲੱਗਦਾ ਸੀ ਵੀ ਮੈਂ ਜੇ ਬਾਹਰ ਟਰੱਕ ਚਲਾਉਂਦਾ ਹੁੰਦਾ ਮੈਂ ਓਵਰ ਟਾਈਮ ਲਾ ਕੇ ਵੀ ਪੈਸੇ ਕਮਾ ਸਕਦਾ ਸੀਗਾ ਆਪਦੇ ਡੈਡੀ ਦਾ ਇਲਾਜ ਕਰਾ ਸਕਦਾ ਸੀ ਪਰ ਸਿਸਟਰ ਦੀ ਮੈਰਿਜ ਵੀ ਸੀਗੀ ਤੇ ਉਦੋਂ ਆਪਾਂ 2 ਕਿੱਲੇ ਸੇਲ ਕਰਦੇ ਮੇਰੇ ਡੈਡੀ ਦਾ ਇਹ ਸੁਪਨਾ ਸੀਗਾ ਵੀ ਮੈਂ ਓਲੰਪਿਕ ਜਾਵਾਂ ਇੰਡੀਆ ਰਿਕਾਰਡ ਕਰਾਂ ਲੋਕ ਵੀ ਹੁੰਦੇ ਨੇ ਨੈਗੇਟਿਵ ਲੋਕ ਹੁੰਦੇ ਨੇ ਨੈਗੇਟਿਵ ਪੋਜ਼ਿਟਿਵ ਦੋਨੋਂ ਤਰ੍ਹਾਂ ਦੇ ਜੋ ਲੋਕ ਆਪਣੇ ਨਾਲ ਜੁੜੇ ਹੁੰਦੇ ਹਨਾ ਫਿਰ ਜੋ ਨੈਗੇਟਿਵ ਲੋਕ ਗੱਲਾਂ ਕਰਦੇ ਨੇ ਬਈ ਬਸ ਜੀ ਖਤਮ ਹੈ ਕਈ ਬੰਦੇ ਏਦਾਂ ਦੇ ਵੀ ਮੈਨੂੰ ਮਤਲਬ ਮੈਸੇਜ ਕਰਦੇ ਬਈ ਤੂੰ ਗੇਮ ਛੱਡ ਗਿਆ ਹੁਣ ਔਖਾ ਹੋ ਜਾਊ ਤੈਨੂੰ ਰੋਹ ਲਾਉਣੀ ਔਖੀ ਹੋ ਜਾਊ ਜਾਣੀ ਤੁਸੀਂ ਮੰਨਦੇ ਹੋ ਕਿ ਇਹ ਵੱਡਾ ਰੀਜ਼ਨ ਹੈ ਕਿ ਜਿਹੜੀ ਭਾਰਤ ਦੇ ਵਿੱਚ ਮੈਡਲ ਦਾ ਮੁੱਲ ਹੀ ਪੈਂਦਾ ਨੂੰ ਨੌਕਰੀ ਨਹੀਂ ਮਿਲਦੀ ਅਸੀਂ ਪੰਜਾਬ ਦੇ ਬੰਦੇ ਹੋ ਗਏ ਅਸੀਂ ਬਾਹਰ ਸੈਂਟਰ 'ਚ ਕੋਈ ਕਿੱਥੇ ਜੋਬ ਕਰ ਰਿਹਾ ਕੋਈ ਕਿੱਥੇ ਜੋਬ ਕਰ ਰਿਹਾ ਤਾਂ ਸਾਡਾ ਵੀ ਜੀ ਕਰਦਾ ਵੀ ਅਸੀਂ ਪੰਜਾਬ ਦੇ ਕਿਸੇ ਡਿਪਾਰਟਮੈਂਟ ਵੱਲੋਂ ਟੋਕਿਓ ਓਲੰਪਿਕ ਖੇਡਾਂ ਸ਼ੁਰੂ ਹੋਣ ਦੇ ਵਿੱਚ ਕੁਝ ਹੀ ਸਮਾਂ ਬਚਿਆ ਅਤੇ ਪੰਜਾਬ ਦੇ ਇੱਕ ਖਿਡਾਰੀ ਨੇ ਟੋਕਿਓ ਓਲੰਪਿਕ ਦਾ ਟਿਕਟ ਹਾਸਲ ਕਰ ਲਿਆ ਅਤੇ ਉਹ ਵੀ ਟਿਕਟ ਹਾਸਲ ਕੀਤਾ ਇੱਕ ਨੈਸ਼ਨਲ ਰਿਕਾਰਡ ਬਣਾ ਕੇ ਅਤੇ ਨਾਲ ਹੀ ਆਪਣਾ ਰਿਕਾਰਡ ਤੋੜ ਕੇ ਮੈਂ ਗੱਲ ਕਰ ਰਿਹਾ ਸ਼ਾਰਟ ਪੁੱਟਰ ਤਜਿੰਦਰਪਾਲ ਤੂਰ ਦੀ ਜੋ ਪੰਜਾਬ ਦੇ ਮੋਗਾ ਦੇ ਰਹਿਣ ਵਾਲੇ ਨੇ ਅਤੇ ਏਸ਼ੀਅਨ ਖੇਡਾਂ ਜੋ 2018 ਦੇ ਵਿੱਚ ਹੋਈਆਂ ਸੀ ਉਹਨਾਂ ਦੇ ਵਿੱਚ ਵੀ ਤਜਿੰਦਰਪਾਲ ਤੂਰ ਨੇ ਗੋਲਡ ਮੈਡਲ ਜਿੱਤਿਆ ਸੀ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਤਜਿੰਦਰਪਾਲ ਤੂਰ ਤੋਂ ਵੱਡੀਆਂ ਆਸਾਂ ਨੇ ਟੋਕਿਓ ਓਲੰਪਿਕ ਦੇ ਵਿੱਚ ਮੈਡਲ ਜਿੱਤਣ ਦੀਆਂ ਗੱਲਬਾਤ ਕਰਦਿਆਂ ਤਜਿੰਦਰਪਾਲ ਤੂਰ ਦੇ ਨਾਲ ਸਾਡੇ ਨਾਲ ਇਸ ਵਕਤ ਮੌਜੂਦ ਨੇ ਤਜਿੰਦਰ ਜੀ ਬਹੁਤ ਬਹੁਤ ਸਵਾਗਤ ਆ ਸਭ ਤੋਂ ਪਹਿਲਾਂ ਤਾਂ ABP ਸਾਂਝਾ ਤੇ ਭਾਜੀ ਬਹੁਤ ਬਹੁਤ ਥੈਂਕ ਯੂ ਜੀ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇਨਵਾਈਟ ਕੀਤਾ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਟੋਕਿਓ ਓਲੰਪਿਕ ਦਾ ਟਿਕਟ ਤੁਸੀਂ ਹਾਸਲ ਕਰ ਲਿਆ ਥੈਂਕ ਯੂ ਭਾਜੀ ਥੈਂਕ ਯੂ ਸਭ ਤੋਂ ਪਹਿਲਾਂ ਸਵਾਲ ਇਹੀ ਹੈ ਤਜਿੰਦਰ ਜੀ ਕਿ ਓਲੰਪਿਕ ਦਾ ਟਿਕਟ ਹਾਸਲ ਕੀਤਾ ਇਹ ਜਰਨੀ ਮਤਲਬ ਕਿੰਨੀ ਕੁ ਮੁਸ਼ਕਲ ਰਹੀ ਹੈ ਇੱਥੋਂ ਤੱਕ ਪਹਿਲੀ ਵਾਰ ਓਲੰਪਿਕ ਦੇ ਵਿੱਚ ਜਾ ਰਹੇ ਹੋ ਲਾਸਟ ਈਅਰ ਜਦੋਂ ਓਲੰਪਿਕ ਸੀਗੀਆਂ ਕਰੋਨਾ ਤੋਂ ਪਹਿਲਾਂ ਦੀ ਗੱਲ ਉਦੋਂ ਮਤਲਬ ਬਾਡੀ ਬਹੁਤ ਜ਼ਿਆਦਾ ਮਤਲਬ ਬਹੁਤ ਵਧੀਆ ਫਿਟ ਸੀ ਉਸ ਟਾਈਮ ਤੇ ਉਹ ਕਰੋਨਾ ਕਰਕੇ ਲੋਕਡਾਊਨ ਲੱਗਣ ਕਰਕੇ ਉਦੋਂ ਕੰਪੀਟੀਸ਼ਨ ਨਹੀਂ ਹੋ ਸਕੇ ਤੇ ਫਿਰ ਕੁਆਰੰਟਾਈਨ ਇੱਥੇ ਰਹੇ NIS ਦੇ ਵਿੱਚ 1 ਸਾਲ ਵਾਂਗੂ ਤੇ ਉਹਦੇ ਵਿੱਚ ਮੇਰੇ ਨੀਂਦ ਦੀ ਪ੍ਰੋਬਲਮ ਆ ਗਈ ਫਿਰ ਹੱਥ ਤੇ ਇੱਕ ਫ੍ਰੈਕਚਰ ਆ ਗਿਆ ਜਦੋਂ ਮੈਨੂੰ ਕੰਪੀਟੀਸ਼ਨ ਫਰਵਰੀ ਦੇ ਵਿੱਚ ਮਿਲੇ ਉਦੋਂ ਮੈਂ ਫਿੱਟ ਨਹੀਂ ਸੀਗਾ ਪ੍ਰੋਪਰ ਉਦੋਂ ਮੈਂ ਕੁਆਲੀਫਾਈ ਮਾਰਕ ਮਤਲਬ ਨਹੀਂ ਅਚੀਵ ਕਰ ਪਾਇਆ ਤੇ ਫਿਰ ਹੌਲੀ ਹੌਲੀ ਜਦੋਂ ਮੇਰਾ ਰਿਕਵਰੀ ਹੁੰਦੀ ਗਈ ਹੱਥ ਦੀ ਤੇ ਮਤਲਬ ਫਿਰ ਹੁਣ ਜਾ ਕੇ ਮੈਂ ਫਿੱਟ ਹੋਇਆ ਜੀ ਤੇ ਹੁਣ ਵੀ ਏਦਾਂ ਹੋ ਗਿਆ ਸੀਗਾ ਮਤਲਬ ਇਹ ਜਿਹੜਾ ਮੀਟ ਜਿਹੜੀ ਹੋਈ ਗ੍ਰੈਂਡ ਪ੍ਰਿਕਸ ਹੋਈ ਆ ਪਹਿਲਾਂ ਇਹ ਹੈ ਨਹੀਂ ਸੀਗੀ ਤੇ ਉਹ ਕਜ਼ਾਕਿਸਤਾਨ ਅਸੀਂ ਜਾਣਾ ਸੀ ਖੇਲਣ ਤੇ ਉਹ ਮੀਟ ਵੀ ਉਹਨਾਂ ਨੇ ਮਤਲਬ ਕੈਂਸਲ ਕਰਤੀ ਜਾਂ ਲਾ ਲਓ ਵੀ ਸਾਨੂੰ ਇੰਡੀਅਨ ਨੂੰ ਉਹਨਾਂ ਨੇ ਐਂਟਰੀ ਨਹੀਂ ਦਿੱਤੀ ਤੇ ਇਹ ਮਤਲਬ ਬੜੀਆਂ ਰਿਕੁਐਸਟਾਂ ਕਰਕੇ ਫੈਡਰੇਸ਼ਨ ਦੀਆਂ ਇਹ ਮੀਟ ਰਖਵਾਈ ਤੇ ਇੱਥੇ ਮੈਂ ਕੁਆਲੀਫਾਈ ਕਰ ਪਾਇਆ ਅੱਛਾ ਹੁਣ ਫਿਰ ਕਿੰਨੀ ਕੁ ਖੁਸ਼ੀ ਹੈ ਕਿ ਆਖਰਕਾਰ ਬਿਲਕੁਲ ਨੇੜੇ ਆ ਕੇ ਓਲੰਪਿਕ ਦਾ ਟਿਕਟ ਹਾਸਲ ਹੋ ਗਿਆ ਨਹੀਂ ਭਾਜੀ ਖੁਸ਼ੀ ਨਹੀਂ ਹੈਗੀ ਕਿਉਂਕਿ ਮੈਂ ਇਦੋਂ ਹੋਰ ਵਧੀਆ ਕਰ ਸਕਦਾ ਜੀ ਮਤਲਬ ਮੈਨੂੰ ਆਪਦੇ ਤੇ ਵਿਸ਼ਵਾਸ ਆ ਵੀ ਮੈਂ 22 ਮੀਟਰ ਕ੍ਰੋਸ ਕਰ ਸਕਦਾ ਥਰੋ ਇੱਥੇ ਮੇਰੀ ਥਰੋ ਇੰਨੀ ਵਧੀਆ ਨਹੀਂ ਲੱਗੀ ਤੁਸੀਂ ਗੱਲ ਕੀਤੀ ਕਿ ਫਰਵਰੀ ਦੇ ਵਿੱਚ ਤੁਸੀਂ ਕੁਆਲੀਫਾਈ ਨਹੀਂ ਸੀ ਕਰ ਸਕੇ ਉਸ ਵਕਤ ਕਿੱਦਾਂ ਕੁ ਮਤਲਬ ਨਿਰਾਸ਼ਾ ਹੋਈ ਸੀ ਕਿ ਬਿਲਕੁਲ ਨੇੜੇ ਆ ਰਹੀਆਂ ਨੇ ਓਲੰਪਿਕ ਖੇਡਾਂ ਤੁਸੀਂ ਕੁਆਲੀਫਾਈ ਨਹੀਂ ਕਰ ਪਾਏ ਹਾਂਜੀ ਬਿਲਕੁਲ ਜਦੋਂ ਆਪਾਂ ਹਰ ਸੈਸ਼ਨ 21.5 ਮੀਟਰ 22 ਮੀਟਰ ਥਰੋਆ ਮਾਰਦੇ ਹੋਈਏ ਤੇ ਫਿਰ ਜਦੋਂ ਆਪਣੇ ਇੰਜਰੀ ਆ ਜਾਂਦੀ ਹੈ ਤਾਂ ਆਪਣਾ ਉਹ ਲੈਵਲ ਦੀ ਥਰੋ ਨਹੀਂ ਲੱਗਦੀ ਆਪਣੇ ਤੋਂ ਤਾਂ ਫਿਰ ਕਿਤੇ ਨਾ ਕਿਤੇ ਜਿਹੜੇ ਆਪਣੇ ਲੋਕ ਵੀ ਹੁੰਦੇ ਨੇ ਨੈਗੇਟਿਵ ਲੋਕ ਹੁੰਦੇ ਨੇ ਨੈਗੇਟਿਵ ਪੋਜ਼ਿਟਿਵ ਦੋਨੋਂ ਤਰ੍ਹਾਂ ਦੇ ਜੋ ਲੋਕ ਆਪਣੇ ਨਾਲ ਜੁੜੇ ਹੁੰਦੇ ਹਨਾ ਫਿਰ ਜੋ ਨੈਗੇਟਿਵ ਲੋਕ ਗੱਲਾਂ ਕਰਦੇ ਨੇ ਬਈ ਬਸ ਜੀ ਖਤਮ ਹੈ ਉਹ ਲੋਕਾਂ ਦਾ ਪ੍ਰੈਸ਼ਰ ਲਾ ਲਓ ਇੱਕ ਲੋਕਾਂ ਦੀ ਉਹ ਜਿਹੜੀਆਂ ਗੱਲਾਂ ਕਰਦੇ ਨੇ ਫਿਰ ਉਹੀ ਤੁਹਾਨੂੰ ਬੂਸਟ ਕਰਦੀਆਂ ਨੇ ਵੀ ਆਪਾਂ ਇਹਨਾਂ ਨੂੰ ਕਰਕੇ ਦਿਖਾਉਣਾ ਸ਼ਾਇਦ ਉਹੀ ਗੱਲਾਂ ਕਰਕੇ ਮੈਂ ਇਹ ਅਚੀਵ ਮੈਂ ਫਿਰ ਕਰ ਸਕਿਆ ਜੀ ਤੁਸੀਂ ਕਿੱਡਾ ਕੁ ਵੱਡਾ ਮਤਲਬ ਕਿਹਨੇ ਕਿਹਨੇ ਤੁਹਾਨੂੰ ਇਹ ਚੀਜ਼ਾਂ ਕਹੀਆਂ ਕਿ
ਤੁਸੀਂ 올림픽 ਚ ਕੁਆਲੀਫਾਈ ਨਹੀਂ ਕਰ ਸਕਦੇ, ਕਿੱਡਾ ਕੁ ਵੱਡਾ ਪ੍ਰੈਸ਼ਰ ਰਹਿੰਦਾ ਸੀ ਇਸ ਚੀਜ਼ ਦਾ? ਮਤਲਬ ਕਈ, ਮੈਂ ਤੁਹਾਨੂੰ ਦੱਸਦਾ, ਕਈ ਬੰਦੇ ਇਦਾਂ ਦੇ ਵੀ ਮੈਨੂੰ ਮਤਲਬ ਮੈਸੇਜ ਕਰਦੇ ਬਈ ਤੂੰ ਗੇਮ ਛੱਡ ਗਿਆ, ਤੂੰ ਹੁਣ ਮਤਲਬ ਹੁਣ ਔਖਾ ਹੋ ਜੂ, ਤੈਨੂੰ ਰੋਲ ਆਉਣੀ ਔਖੀ ਹੋ ਜੂ। ਇੱਕ ਮਤਲਬ ਮੇਰੇ ਤੇ ਬਰਡਨ ਬਣ ਗਿਆ ਸੀ ਬਈ, ਪ੍ਰੈਸ਼ਰ ਬਣ ਗਿਆ ਸੀ ਵੀ ਮੈਨੂੰ ਕੁਆਲੀਫਾਈ ਕਰਨਾ ਹੀ ਕਰਨਾ, ਤੇ ਮੇਰੇ ਕੋਚ ਮੇਰੇ ਘਰ ਦੇ ਬਹੁਤ ਮੈਨੂੰ ਬੂਸਟ ਕਰਦੇ ਰਹੇ, ਤੇ ਜਦੋਂ ਮੈਂ ਕੁਆਲੀਫਾਈ ਕੀਤਾ ਤੇ ਮੈਨੂੰ ਮਤਲਬ ਕੋਈ ਖੁਸ਼ੀ ਨਹੀਂ ਸੀਗੀ, ਮੈਂ ਇੱਕ ਨੋਰਮਲ ਬਸ ਵੀ ਹੋ ਗਿਆ ਏਦਾਂ ਹੀ ਮੈਨੂੰ ਲੱਗਿਆ। ਚਲੋ ਤੇਂਦਰ, ਤੁਸੀਂ 21.49 meter ਦੀ ਦੂਰੀ ਤੇ ਗੋਲਾ ਸੁੱਟ ਕੇ ਕੁਆਲੀਫਾਈ ਤਾਂ ਕਰ ਲਿਆ, ਪਰ ਇਹ ਦੇਖਿਆ ਜਾਵੇ ਪਹਿਲੀ ਵਾਰ ਤੁਸੀਂ 올림픽 ਦੇ ਵਿੱਚ ਜਾ ਰਹੇ ਹੋ, ਇਹ ਸੁਪਨਾ ਕਦੋਂ ਤੋਂ ਦੇਖਿਆ ਸੀ? ਕਿਉਂਕਿ ਇੱਕ ਹਰੇਕ ਪਲੇਅਰ ਦਾ ਇੱਕ ਸੁਪਨਾ ਹੁੰਦਾ ਕਿ 올림픽 ਸਭ ਤੋਂ ਵੱਡਾ ਇਵੈਂਟ ਹੁੰਦਾ ਐਥਲੈਟਿਕ ਦੇ ਵਿੱਚ, ਕਿ ਉਸ ਦੇ ਵਿੱਚ ਮੈਂ ਕੁਆਲੀਫਾਈ ਕਰਨਾ, ਇਹ ਤੁਸੀਂ ਸੁਪਨਾ ਕਦੋਂ ਤੋਂ ਦੇਖ ਰਹੇ ਸੀਗੇ? ਬਿਲਕੁਲ, ਜਦੋਂ ਬੰਦਾ ਅਥਲੀਟ ਬਣਦਾ ਜਾਂ ਕੋਈ ਵੀ ਕਿਸੇ ਵੀ ਗੇਮ ਦੇ ਵਿੱਚ ਆਉਂਦਾ, ਉਸ ਪਲੇਅਰ ਦਾ ਸੁਪਨਾ ਹੀ ਹੁੰਦਾ ਵੀ ਮੈਂ 올림픽 ਜਾਣਾ ਹੀ ਜਾਣਾ। ਤੇ ਜਦੋਂ ਮੈਂ ਗੇਮ ਸ਼ੁਰੂ ਕੀਤੀ 2006-2005-2006 ਦੇ ਵਿੱਚ, ਮੇਰਾ ਉਦੋਂ ਤੋਂ ਹੀ ਸੁਪਨਾ ਸੀ ਵੀ ਮੈਂ ਦੇਖ ਰਿਹਾ। ਪਹਿਲਾਂ ਮੇਰਾ ਟਾਰਗੇਟ ਹੁੰਦਾ ਵੀ ਮੈਂ 2012 ਵਾਲੀ 올림픽 ਖੇਲੂੰਗਾ, ਫਿਰ 2016 ਵਾਲੀ 올림픽 ਦਾ ਟਾਰਗੇਟ ਸੀ ਵੀ ਮੈਂ ਖੇਲੂੰਗਾ, ਤੇ ਉਹ ਫਿਰ ਹੁਣ 21 ਦੇ ਵਿੱਚ ਜਾ ਕੇ ਮੇਰਾ ਪੂਰਾ ਹੋਇਆ। ਅੱਛਾ, ਇਸ ਤੋਂ ਸਮਝ ਫਿਰ ਮਤਲਬ ਪ੍ਰੋਬਲਮ ਕਿੰਨੀਆਂ ਆਈਆਂ, ਕਿਸ ਕਿਸ ਦਿੱਕਤਾਂ ਦਾ ਸਾਹਮਣਾ ਕਰਕੇ ਲੰਘਣਾ ਪਿਆ? ਕਿਉਂਕਿ ਹਰੇਕ ਖਿਡਾਰੀ ਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ, ਕਿਉਂਕਿ ਜਿਹੜਾ ਪਲੇਅਰ ਹੁੰਦਾ ਨਾ, ਇਹ ਇੱਕ ਮਤਲਬ ਮੇਰੇ ਹਿਸਾਬ ਨਾਲ ਜ਼ਿਆਦਾਤਰ 90% ਪਲੇਅਰ ਮਿਡਲ ਕਲਾਸ ਫੈਮਿਲੀ ਨੂੰ ਹੀ ਬਿਲੋਂਗ ਕਰਦੇ ਹੁੰਦੇ ਵੀ, ਜਿਹੜਾ ਆਪਣਾ ਆਈ ਚਲਾਈ ਜਿਹਨੂੰ ਕਹਿ ਦਿੰਦੇ ਆਪਾਂ ਚੱਲਦੀ, ਹੈ ਨਾ। ਉਹ ਸਟਾਰਟਿੰਗ ਦੇ ਵਿੱਚ ਬਹੁਤ ਮਤਲਬ ਪ੍ਰੋਬਲਮ ਆਉਂਦੀਆਂ ਸੀਗੀਆਂ, ਫਿਰ ਡੈਡੀ ਨੂੰ ਕੈਂਸਰ ਹੋ ਗਿਆ ਗੇਮ ਚੱਲਦੇ ਚੱਲਦੇ, ਫਿਰ ਉਹ ਮਤਲਬ ਆਪਾਂ ਨੂੰ ਜਿੰਨਾ ਖਰਚਾ ਗੇਮ ਵਾਸਤੇ 40-50 ਹਜ਼ਾਰ ਰੁਪਈਆ ਪਰ ਮੰਥ ਮਤਲਬ 70,000 ਚਾਹੀਦਾ ਹੁੰਦਾ, ਉਹ ਓਨਾ ਨਹੀਂ ਮਿਲ ਪਾਉਂਦਾ ਸੀ, ਮੇਰਾ ਵੀ ਖਰਚਾ ਸੀ। ਫਿਰ ਉਸ ਟਾਈਮ ਤੇ ਮੈਨੂੰ ਲੱਗਦਾ ਸੀਗਾ ਵੀ ਮੈਂ ਵੀ ਗੇਮ ਛੱਡਦਾ ਹੁਣ, ਵੀ ਮੈਨੂੰ ਕੋਈ ਕੰਮ ਕਰਨਾ ਚਾਹੀਦਾ ਜਾਂ ਮੈਂ ਬਾਹਰ ਚੱਲ ਜਾ। ਮਤਲਬ ਉਦੋਂ ਮੈਨੂੰ ਆਪਦੇ ਆਪ ਨੂੰ ਮੈਂ ਲਾਚਾਰ ਲੱਗਦਾ ਸੀ ਵੀ ਮੈਂ ਜੇ ਬਾਹਰ ਟਰੱਕ ਚਲਾਉਂਦਾ ਹੁੰਦਾ ਮੈਂ ਓਵਰ ਟਾਈਮ ਲਾ ਕੇ ਵੀ ਪੈਸੇ ਕਮਾ ਸਕਦਾ ਸੀਗਾ, ਆਪਦੇ ਡੈਡੀ ਦਾ ਇਲਾਜ ਕਰਾ ਸਕਦਾ ਸੀ, ਪਰ ਉਸ ਟਾਈਮ ਤੇ ਮੈਨੂੰ ਲੱਗਿਆ ਵੀ ਮੈਂ ਫੈਮਿਲੀ ਵਾਸਤੇ ਕੁਛ ਨੀ ਕਰ ਪਾ ਰਿਹਾ ਜੀ, ਹੈ ਨਾ। ਤੇ ਉਸ ਟਾਈਮ ਤੇ ਫਿਰ ਸਿਸਟਰ ਦੀ ਮੈਰਿਜ ਵੀ ਸੀਗੀ, ਤੇ ਉਦੋਂ ਆਪਾਂ 2 ਕਿੱਲੇ ਸੇਲ ਕਰਦੇ ਸੀ 2011-12 ਦੀ ਗੱਲ ਆ, 12-13 ਦੀ। ਤੇ ਫਿਰ ਜਦੋਂ 15 ਤੋਂ ਬਾਅਦ ਮੈਡਲ ਆਉਣੇ ਸ਼ੁਰੂ ਹੋਏ ਇੰਟਰਨੈਸ਼ਨਲ, ਫਿਰ ਬਾਬੇ ਦੀ ਮਿਹਰ ਰਹੀ, ਫਿਰ ਸਾਰਾ ਕੁਛ ਸੈੱਟ ਹੋਇਆ। ਅੱਛਾ, ਫਿਰ 2018 ਦੇ ਵਿੱਚ ਜੇ ਕਿਤੇ ਤੁਸੀਂ ਗੋਲਡ ਮੈਡਲ ਜਿੱਤਿਆ ਸੀ ਏਸ਼ੀਅਨ ਖੇਡਾਂ ਦੇ ਵਿੱਚ, ਉਦੋਂ ਤੁਹਾਡੇ ਫਾਦਰ ਦੀ ਜਿਹੜੀ ਮਨਭਾਗੀ ਇੱਕ ਘਟਨਾ ਵਾਪਰ ਗਈ ਸੀਗੀ, ਫਾਦਰ ਦੀ ਡੈਥ ਹੋ ਗਈ ਸੀਗੀ, ਤੁਹਾਡਾ ਗੋਲਡ ਵੀ ਨਹੀਂ ਸੀ ਦੇਖ ਸਕੇ, ਉਸ ਵਕਤ ਫਿਰ ਕਿੱਡੀ ਕੁ ਵੱਡੀ ਨਿਰਾਸ਼ਾ ਸੀਗੀ ਕਿ ਅੱਗੇ 올림픽 ਦੇ ਵਿੱਚ ਮੈਂ ਜਾਣਾ ਸੀਗਾ ਅਤੇ ਹੁਣ ਏਸ਼ੀਅਨ ਖੇਡਾਂ ਦੇ ਵਿੱਚ ਉਹ ਜਿਹੜਾ ਫਾਦਰ ਨੇ ਸੁਪਨਾ ਦੇਖਿਆ ਸੀ ਉਹ ਵੀ ਨਹੀਂ ਪੂਰਾ ਹੋ ਸਕਿਆ? ਜੀ ਬਿਲਕੁਲ, ਕਿਉਂਕਿ ਮੈਂ ਪਹਿਲਾਂ ਕ੍ਰਿਕਟ ਖੇਡਦਾ ਹੁੰਦਾ ਸੀਗਾ ਜੀ ਪਿੰਡ ਵਿੱਚ, ਜੋ ਆਪਾਂ ਟੂਰਨਾਮੈਂਟ ਖੇਡਦੇ ਹਾਂ ਨਾ, ਤੇ ਮੈਨੂੰ ਡੈਡੀ ਨੇ ਹੀ ਮਤਲਬ ਗਾਲਾਂ ਕੱਢ ਕੱਢ ਕੇ ਵੀ ਇੱਧਰ ਲਾਇਆ ਤੂੰ, ਤੇਰਾ ਚਾਚਾ ਦੇਖ ਵੀ ਗਰਾਊਂਡ ਜਾਂਦਾ ਇਕੱਲਾ, ਇੰਡੀਵਿਜੁਅਲ ਇਵੈਂਟ ਕਰ ਜੇ ਕੋਈ ਕਰਨਾ ਦਾ, ਤੇ ਮੈਂ ਉਹ ਫਿਰ ਜਾਣ ਲੱਗ ਗਿਆ ਗਰਾਊਂਡ ਚਾਚੇ ਦੇ ਨਾਲ ਮੋਗੇ, ਤੇ ਉਹ ਮੇਰਾ ਇੰਟਰਸਟ ਬਣਦਾ ਗਿਆ ਤੇ ਇਧਰਲੇ ਪਾਸੇ ਆ ਗਿਆ। ਤੇ ਮਤਲਬ ਮੇਰੇ ਡੈਡੀ ਦਾ ਇਹ ਸੁਪਨਾ ਸੀਗਾ ਵੀ ਮੈਂ 올림픽 ਜਾਵਾਂ, ਇੰਡੀਆ ਰਿਕਾਰਡ ਕਰਾਂ, ਦੇਖੋ ਸਾਰਾ ਕੁਛ ਹੋ ਗਿਆ, ਬਸ ਉਹ ਇਕੱਲੇ ਦੇਖਣ ਵਾਲੇ ਨੀ। ਚਲੋ, ਉਮੀਦ ਹੈ ਕਿ ਅੱਗੇ ਵੀ ਚਲੋ ਜਿਹੜਾ ਉਹਨਾਂ ਦਾ ਸੁਪਨਾ ਇਹ ਪੂਰਾ ਹੋਊਗਾ। ਅਤੇ ਤਿੰਦਰ, ਗੱਲ ਕਰੀਏ 12 ਸਾਲ ਬਾਅਦ ਨੈਸ਼ਨਲ ਰਿਕਾਰਡ ਤੁਸੀਂ ਤੋੜਿਆ, ਇਹ ਨਾਮ ਸੀਗਾ ਸੁਲਤਾਨ ਮਜੀਦ ਨਾਮ ਸੀਗਾ ਜਿਹੜਾ ਤੁਸੀਂ ਨੈਸ਼ਨਲ ਰਿਕਾਰਡ ਤੋੜ ਕੇ ਹੁਣ 올림픽 ਕੁਆਲੀਫਾਈ ਕੀਤਾ, ਇਸ ਅਜਿਹੀ ਕਿੰਨੀ ਕੁ ਖੁਸ਼ੀ ਹੁੰਦੀ ਹੈ ਕਿ ਮੈਂ ਇੱਕ ਐਡੇ ਵੱਡੇ ਪਲੇਅਰ ਨੂੰ ਪਛਾੜ ਕੇ ਆਪਣਾ ਜਿਹੜਾ ਨਾਮ ਇੱਕ ਰਿਕਾਰਡ ਬਣਾਇਆ ਅਤੇ ਸਗੋਂ 올림픽 ਦੇ ਵਿੱਚ ਵੀ ਕੁਆਲੀਫਾਈ ਕੀਤਾ? ਬਿਲਕੁਲ, ਇੱਕ ਜਦੋਂ ਮੈਂ ਏਸ਼ੀਅਨ ਗੇਮਸ ਚ ਰਿਕਾਰਡ ਕੀਤਾ ਨਾ, ਮੈਨੂੰ ਲੱਗਿਆ ਵੀ ਉਹ ਜਦੋਂ ਮੇਰਾ ਇਵੈਂਟ ਸੀ ਉਸ ਦਿਨ ਮੈਨੂੰ ਲੱਗਿਆ ਸ਼ਾਇਦ ਮੇਰਾ ਇਹ ਆਪਣਾ ਏਸ਼ੀਆ ਰਿਕਾਰਡ ਹੋਇਆ, ਪਰ ਨਹੀਂ, ਉਹ ਤੋਂ ਗੇਮ ਰਿਕਾਰਡ ਸੀਗਾ ਮੇਰਾ। ਤੇ ਫਿਰ ਜਦੋਂ ਹੁਣ ਉਹ ਪਤਾ ਲੱਗਿਆ ਵੀ 21-13 ਦਾ ਏਸ਼ੀਆ ਰਿਕਾਰਡ ਆ, ਵੀ ਉਹ ਨੀ ਹੈਗਾ ਵੀ ਜਿਹੜਾ ਗੇਮਸ ਰਿਕਾਰਡ ਦਾ ਨਾ, ਤੇ ਹੁਣ ਜਦੋਂ ਕੀਤਾ ਤੇ ਬੜੀ ਮੈਨੂੰ ਖੁਸ਼ੀ ਹੋਈ ਵੀ ਮੇਰਾ ਗੇਮਸ ਰਿਕਾਰਡ ਹੋਇਆ, ਇੰਡੀਆ ਰਿਕਾਰਡ ਆਪਣੇ ਨਾਮ ਆ, ਹੁਣ ਬਾਬਾ ਸੁੱਖ ਰੱਖੇ, ਤੇ ਕਪੈਸਿਟੀ ਹੈਗੀ ਮੈਂ ਵਰਲਡ ਰਿਕਾਰਡ ਵੀ ਕਰ ਸਕਦਾ, ਇਹ ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ ਮੈਂ ਪ੍ਰੈਕਟਿਸ ਦੇ ਵਿੱਚ ਦੋਵਾਂ ਲੈਵਲ ਦੀਆਂ ਲਾਈਆਂ ਨੇ, ਵੀ ਮੇਰਾ ਕੋਚ ਮੇਰੇ ਮੂੰਹ ਆਪਣੇ ਮੂੰਹ ਕਹਿ ਰਿਹਾ ਸੀ ਬਈ ਆਪਾਂ ਕਰ ਸਕਦੇ ਹਾਂ, ਕੋਈ ਵੱਡੀ ਗੱਲ ਨਹੀਂ ਹੈ। ਅੱਛਾ, ਪ੍ਰੈਕਟਿਸ 'ਚ ਕਿੰਨੇ ਮੀਟਰ ਤੁਸੀਂ ਥਰੋ ਕਰ ਚੁੱਕੇ ਹੋ? ਪ੍ਰੈਕਟਿਸ 'ਚ ਮੇਰੀ ਬੈਸਟ ਥਰੋ ਹੈਗੀ ਹੈ 22-30 ਹੈ ਜੀ, 22-15 ਜਾਂ 22-30 ਦੇ ਵਿੱਚ। ਯਾਨੀ ਕਿ ਤੁਸੀਂ ਅੱਗੇ ਵੀ ਆਪਣੇ ਸੁਧਾਰ ਕਰਨ ਦੇ ਦਮ ਰੱਖਦੇ ਹੋ ਵੀ ਅੱਗੇ ਮੈਂ ਸੁਧਾਰ ਕਰ ਸਕਦਾ? ਮਤਲਬ ਹਲੇ ਵੀ ਨਾ, ਹਲੇ ਵੀ ਮੈਂ ਤੁਹਾਨੂੰ ਦੱਸਦਾ
ਜਦੋਂ ਮੈਂ ਲਾਸਟ ਈਅਰ ਜਿੰਨਾ ਫਿੱਟ ਸੀ ਹਲੇ ਵੀ ਮੈਂ ਉਨਾ ਫਿੱਟ ਨਹੀਂ ਹੈਗਾ ਕਿਉਂਕਿ ਉਦੋਂ ਮੇਰੀਆਂ ਐਵਰੇਜ ਛੂਹਾਂ 22 ਮੀਟਰ 21-90 ਮੀਟਰ ਆਈ ਜਾਂਦੀਆਂ ਸੀ। ਉਸ ਟਾਈਮ ਮੈਨੂੰ ਲੱਗਦਾ ਸੀ ਵੀ ਮੈਂ 22-50-60 ਥਰੂ ਮੈਂ ਕੋਈ ਵੀ ਕੰਪੀਟੀਸ਼ਨ ਮੈਨੂੰ ਮਿਲੂਗਾ ਤੇ ਮੈਂ ਉਸੇ ਥਰੂ ਕੰਪੀਟੀਸ਼ਨ ਮੈਂ ਥਰੂ ਕੱਟ। ਅੱਛਾ ਫਿਰ ਇਹ ਮਤਲਬ ਇੰਨੀ ਘੱਟ ਕਿਵੇਂ ਰਹਿ ਗਈ? ਤੁਸੀਂ ਕਹਿ ਰਹੇ ਹੋ ਵੀ 21-90 ਪ੍ਰੈਕਟਿਸ ਦੇ ਵਿੱਚ ਲੱਗਦੀ ਸੀਗੀ, ਫਿਰ ਕੰਪੀਟੀਸ਼ਨ ਦਾ ਪ੍ਰੈਸ਼ਰ ਸੀ ਜਾਂ ਕਿਉਂ ਘੱਟ ਗਈ ਇਦਾਂ? ਹੁਣ ਹੁਣ ਮੈਂ ਇੰਨੀ ਵੀ ਲਾਈ ਸੀਗੀ ਪ੍ਰੈਕਟਿਸ, ਹੁਣ ਮੇਰੀ ਇੰਨੀ ਵੀ ਲੱਗੀ ਸੀ, 21.5 ਮੀਟਰ ਹੀ ਲਾ ਰਿਹਾ ਸੀ। ਅੱਛਾ ਤੇਂਦਰ 2000 ਜੇ ਗੱਲ ਕਰੀਏ ਤੇਰਾ, ਤੁਸੀਂ ਹੁਣ ਕੁਆਲੀਫਾਈ ਕੀਤਾ 21.49 ਮੀਟਰ ਲਾ ਕੇ, 2012 ਦੀ ਲੰਡਨ ਓਲੰਪਿਕ ਔਰ 2016 ਦੀ ਜਿਹੜੀ ਰੀਓ ਓਲੰਪਿਕ ਸੀਗੀ ਉਸਦੇ ਨਾਲ ਉਸਦਾ ਜਿਹੜਾ ਬਰਾਊਂਜ਼ ਮੈਡਲ ਸੀਗਾ ਉਸਦੇ ਨਾਲੋਂ ਤੁਸੀਂ ਜ਼ਿਆਦਾ ਜਿਹੜੇ ਥਰੋ ਕੀਤੀ ਹੈ, ਇਹ ਲੱਗਦਾ ਕਿ ਮੈਡਲ ਤੁਸੀਂ ਹੁਣ ਨੇੜੇ ਹੈਗੇ ਹੋ ਵੀ ਓਲੰਪਿਕ ਦੇ ਵਿੱਚ ਜਿਹੜਾ ਸੋਕਾ ਭਾਰਤ ਦਾ ਬਹੁਤ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਕਿ ਉਹ ਪੂਰਾ ਹੋ ਸਕਦਾ? ਜੀ ਬਿਲਕੁਲ, ਜਿਵੇਂ ਹੁਣ ਉੱਥੇ ਓਲੰਪਿਕ ਜਾ ਕੇ 22-30 ਤੋਂ ਉੱਤਰ ਉੱਤੇ ਥਰੋ ਮਾਰਦਾ ਤੇ ਮੈਨੂੰ ਲੱਗਦਾ ਵੀ ਬਾਬਾ ਮਿਹਰ ਕਰੂਗਾ ਆਪਾਂ ਮੈਡਲ ਲੈ ਸਕਦੇ ਹਾਂ। ਜਤਿੰਦਰ ਜੇ ਗੱਲ ਕਰਾਂ ਪਿਛਲੇ ਸਾਲ ਦੇ ਵੀ ਆਪਣੀ ਜਦੋਂ ਕੋਰੋਨਾ ਵਾਇਰਸ ਆਇਆ ਸੀਗਾ ਉਦੋਂ ਵੀ ਆਪਣੀ ਗੱਲਬਾਤ ਹੋਈ ਸੀ, ਮਤਲਬ ਇਹ ਸਾਲ ਕਿਵੇਂ ਦਾ ਲੰਘਿਆ? ਇੱਕ ਬਹੁਤ ਵੱਡੀ ਜਿਹੜੀ ਮਹਾਂਮਾਰੀ ਨੇ ਸਾਰੀ ਦੁਨੀਆਂ ਨੂੰ ਹੀ ਘੇਰ ਰੱਖਿਆ, ਕਿੱਡਾ ਕੁ ਵੱਡਾ ਮਤਲਬ ਮੁਸ਼ਕਿਲ ਭਰਿਆ ਇਹ ਸਮਾਂ ਰਿਹਾ? ਜੀ ਬਿਲਕੁਲ, ਇਹਦਾ ਦੇਖੋ ਸਾਰਿਆਂ ਵਾਸਤੇ ਹੀ ਮਤਲਬ ਇੱਕ ਬਹੁਤ ਮਾੜਾ ਸਮਾਂ ਸੀ ਕਿਉਂਕਿ ਕਈਆਂ ਦੇ ਬਿਜ਼ਨਸ ਖਰਾਬ ਹੋ ਗਏ, ਕਈਆਂ ਦੇ ਕੰਮ ਹੀ ਇੱਕ ਡੇਲੀ ਕੰਮ ਕਰਕੇ ਚੱਲਦੇ ਘਰ ਚੱਲਦੇ ਸੀ ਹਨਾ, ਉਹ ਸਾਰੇ ਰੋਕੇ। ਇਹਦੇ ਨਾਲ ਅਸੀਂ ਵੀ ਕਿਤੇ ਨਾ ਕਿਤੇ ਸਾਰੇ ਪ੍ਰਭਾਵਿਤ ਹੋਏ ਹਾਂ ਵੀ ਅਸੀਂ ਮਿਹਨਤ ਕਰਦੇ ਰਹੇ, ਸਾਡੇ ਕੰਪੀਟੀਸ਼ਨ ਸਾਰੇ ਕੈਂਸਲ ਹੋ ਗਏ, ਫਿਰ ਸਾਨੂੰ 1 ਸਾਲ ਅੰਦਰ ਰਹਿਣਾ ਪਿਆ। ਮੇਰੀ ਜਿਵੇਂ ਨਵੀਂ ਨਵੀਂ ਇੰਗੇਜਮੈਂਟ ਹੋਈ ਸੀ, ਹਰ ਇੱਕ ਦਾ ਹੁੰਦਾ ਵੀ ਆਪਣੇ ਮੰਗੇਤਰ ਦੇ ਨਾਲ ਕਿਤੇ ਘੁੰਮਣ ਜਾਵੇ ਹਨਾ, ਸਭ ਦਾ ਹੁੰਦਾ, ਉਹ ਚੀਜ਼ਾਂ ਵੀ ਕਿਤੇ ਨਾ ਕਿਤੇ ਕੀਤੀਆਂ ਵੀ, ਮਦਰ ਮੇਰੇ ਇਕੱਲੇ ਸੀ ਘਰੇ, ਇਹ ਚੀਜ਼ਾਂ ਸਾਰੀਆਂ ਮਤਲਬ ਇੱਕ ਡਿਪਰੈਸ਼ਨ ਜਿੰਗੂ ਹੋ ਗਿਆ ਸੀ ਕੰਮ, ਫਿਰ ਹੌਲੀ ਹੌਲੀ ਇਹ ਚੀਜ਼ਾਂ ਚੋਂ ਅਸੀਂ ਨਿਕਲੇ ਤੇ ਹੁਣ ਠੀਕ ਆ, ਹੁਣ ਨੀ ਕੋਈ। ਫਿਰ ਕਿੱਦਾਂ ਆਪਣੇ ਆਪ ਨੂੰ ਸੰਭਾਲਿਆ? ਵੀ ਘਰ ਨਹੀਂ ਸੀ ਜਾ ਸਕਦੇ, ਹਮੇਸ਼ਾ ਉੱਥੇ ਰਹਿ ਕੇ ਇੱਕ ਕਮਰੇ ਦੇ ਵਿੱਚ ਹੀ ਰਹਿਣਾ ਤੇ ਸਿਰਫ ਗਰਾਊਂਡ ਜਾਣਾ, ਗਰਾਊਂਡ ਤੋਂ ਕਮਰਾ, ਕਮਰੇ ਤੋਂ ਗਰਾਊਂਡ? ਗਰਾਊਂਡ ਵੀ ਭਾਜੀ ਜਦੋਂ ਲੋਕਡਾਊਨ ਲੱਗਿਆ ਨਾ ਉਦੋਂ ਗਰਾਊਂਡ ਵੀ ਬੰਦ ਸੀ, ਤੁਸੀਂ ਕੱਲਾ ਕਮਰੇ 'ਚ ਹੀ ਰਹਿਣਾ ਹੈ, ਕਮਰੇ ਤੋਂ ਬਾਹਰ ਨੀ ਜਾ ਸਕਦੇ, ਕਮਰਾ ਮੈਸ ਉਦੋਂ ਬਾਅਦ ਵੀ ਫਿਰ ਉਹ ਕੀ ਕਰ ਸਕਦੇ ਆ, ਜਾਂ ਨੈਟਫਲਿਕਸ ਦੇਖ ਲਿਆ ਜਾਂ ਕੁਛ ਏਦਾਂ ਦੀਆਂ ਮਤਲਬ ਵੈਬ ਸੀਰੀਜ਼ ਦੇਖ ਦੇਖ ਕੇ ਟਾਈਮ, ਪਹਿਲੇ 2-3 ਮਹੀਨੇ ਕੱਢੇ ਬਸ, ਉਹ ਜਿੰਨਾ ਕੁ ਅਸੀਂ ਹੋਸਟਲ ਦੇ ਵਿੱਚ ਵਰਕਆਊਟ ਕਰ ਸਕਦੇ ਸੀਗੇ ਉਨਾ ਹੀ ਕਰਦੇ ਨੇ। ਉਸ ਤੋਂ ਬਾਅਦ ਫਿਰ ਜਿਹੜਾ ਮਤਲਬ ਚਲੋ ਖੁੱਲਿਆ ਇੱਕ ਵਾਰ ਫਿਰ ਲੋਕਡਾਊਨ ਹੋਇਆ, ਫਿਰ ਉਸ ਟਾਈਮ ਡਰ ਸੀਗਾ ਕਿ ਓਲੰਪਿਕ ਖੇਡਾਂ ਨੇੜੇ ਆ ਰਹੀਆਂ ਨੇ ਵੀ ਫਿਰ ਤੋਂ ਮਹਾਮਾਰੀ ਦਾ ਦੌਰ ਸ਼ੁਰੂ ਹੋ ਗਿਆ, ਤਾਂ ਜਾਂ ਹੁਣ ਪਿੱਛੇ ਆਪਣਾ 1.5 ਮਹੀਨਾ ਪਿੱਛੇ ਚੱਲ ਜਾਈਏ, ਫਿਰ ਕਿੰਨਾ ਖਰਾਬ ਹੋਇਆ ਸੀ, ਉਦੋਂ ਲੱਗ ਰਿਹਾ ਸੀ ਵੀ ਓਲੰਪਿਕ ਲੱਗਦਾ ਵੀ ਹੁਣ ਤਾਂ ਪੋਸਟਪੋਨ ਤਾਂ ਹੋਣੀ ਨੀ, ਕੈਂਸਲ ਹੀ ਹੋਣੀ ਸੀਗੀ, ਹੁਣ ਤਾਂ ਚਲੋ ਉਹ ਸਿਚੁਏਸ਼ਨ ਠੀਕ ਹੋਈ ਕਿਉਂਕਿ ਸਾਰੇ ਬੰਦੇ ਦੇਖੋ ਕਿੰਨੇ ਘਰੇ ਗਿਆ ਨੇ, ਉਹਨਾਂ ਨੂੰ ਕਿੰਨਾ ਕਿੰਨਾ ਟਾਈਮ ਹੋ ਗਿਆ ਨਾ ਇਹਦੇ ਓਲੰਪਿਕ ਕਰਕੇ ਸਾਰੇ ਬੈਠੇ ਨੇ ਅੰਦਰ, ਤੇ ਉਹ ਕਿਤੇ ਨਾ ਕਿਤੇ ਕੈਂਸਲ ਹੋ ਜਾਂਦੀ ਤਾਂ ਸਾਨੂੰ ਬੜਾ ਉਹ ਮਹਿਸੂਸ ਹੋਣੀ ਸੀ ਗੱਲ। ਅੱਛਾ ਮਤਲਬ ਫਿਰ ਇਹ ਜਿਹੜਾ ਇੰਨਾ ਟਾਈਮ ਤੋਂ ਆਪਾਂ ਪਿਛਲੇ ਸਾਲ 1.5 ਸਾਲ ਦੀ ਗੱਲ ਕਰੀਏ, ਆਪਣੇ ਆਪ ਨੂੰ ਫਿੱਟ ਕਿੱਦਾਂ ਰੱਖਿਆ, ਕਿਸ ਤਰ੍ਹਾਂ ਡਾਇਟ ਦਾ ਮਤਲਬ ਸ਼ਡਿਊਲ ਰਿਹਾ? ਕਿਉਂਕਿ ਜਿਹੜੀ ਆਮ ਤੌਰ 'ਤੇ ਤਾਂ ਖੁੱਲ੍ਹੇ ਆਸਮਾਨ ਦੇ ਹੇਠਾਂ ਖਿਡਾਰੀ ਰਹਿਣਾ ਪਸੰਦ ਕਰਦੇ ਨੇ, ਪਰ ਇੱਕਦਮ ਬੰਦ ਹੋ ਗਿਆ ਕਿ ਅਨਫਿਟ ਵੀ ਤੁਸੀਂ ਹੋਏ, ਜੇ ਗੱਲ ਕਰਾਂ ਕਿ ਚਲੋ 60 ਤਾਂ ਤੁਸੀਂ ਕਹਿ ਰਹੇ ਹੋ ਵੀ ਹੱਥ 'ਤੇ ਲੱਗੀ ਸੀਗੀ, ਬਾਕੀ ਜਿਹੜਾ ਮਤਲਬ ਫਿਟਨੈਸ ਲੈਵਲ ਹੁੰਦਾ ਉਹ ਵੀ ਇਸ ਟਾਈਮ 'ਚ ਘੱਟ ਗਿਆ ਸੀਗਾ? ਤਾਂ ਲੋਕਡਾਊਨ ਲੱਗਿਆ ਲੱਗੇ ਨਾ ਉਦੋਂ ਬਹੁਤ ਜ਼ਿਆਦਾ ਮਨ ਖਰਾਬ ਹੋ ਗਏ, ਮਤਲਬ ਕੋਚ ਮੈਨੂੰ ਬਹੁਤ ਫੋਰਸ ਕਰਦਾ ਹੀ ਨਹੀਂ ਆਪਾਂ ਲੈਵਲ ਮੇਨਟੇਨ ਰੱਖਣਾ ਵਾ, ਉਹ 2-4 ਦਿਨ ਟ੍ਰੇਨਿੰਗ ਕੀਤੀ ਗੱਲ ਹੀ ਨਹੀਂ ਬਣੀ, ਵੇਟ ਟ੍ਰੇਨਿੰਗ ਤੋਂ ਬਿਨਾਂ ਜਿੰਨਾ ਚਿਰ ਤੁਹਾਨੂੰ ਗਰਾਊਂਡ ਨਹੀਂ ਮਿਲਦੀ ਤੁਸੀਂ ਸਪ੍ਰਿੰਟਿੰਗ ਜੰਪਿੰਗ ਕਿੱਦਾਂ ਕਰ ਸਕਦੇ, ਵੇਟ ਟ੍ਰੇਨਿੰਗ ਕਿਵੇਂ ਕਰ ਸਕਦੇ, ਉਹ ਫਿਰ ਮੈਂ ਵੀ ਗੋਸਾ ਹੁਣ ਬੰਦ ਹੋ ਗਿਆ, ਹੁਣ ਇਹਦਾ ਪਤਾ ਤਾਂ ਹੈ ਨਹੀਂ ਵੀ ਕਦੋਂ ਬੋਲਣਾ, ਉਹ 20-25 ਦਿਨ ਅਸੀਂ ਨਾ ਬ੍ਰੇਕ ਦਿੱਤੀ ਇੱਕ ਉਦੋਂ, ਉਹ ਟਾਈਮ 'ਚ ਥੋੜ੍ਹਾ ਜਿਵੇਂ ਫਿਰ ਖਾਣ ਪੀਣ ਵੀ ਇੱਥੇ ਪਰੌਂਠੇ ਖਾਲੇ, ਉਹ ਉਹਨਾਂ ਥੋੜ੍ਹਾ ਵੇਟ ਵੱਧ ਗਿਆ, ਫਿਰ ਜਦੋਂ ਗਰਾਊਂਡਾਂ ਖੁੱਲੀਆਂ ਫਿਰ ਉਦੋਂ ਪਹਿਲਾਂ ਅਸੀਂ ਵਰਕਆਊਟ ਸ਼ੁਰੂ ਕਰਤਾ ਜੀ, ਰਨਿੰਗ ਵਗੈਰਾ ਜਿੰਨੀ ਹੁੰਦੀ ਸੀ ਫਿਰ ਉਹਦੇ ਨਾਲ ਮੇਨਟੇਨ ਕੀਤਾ, ਸਟਾਰਟਿੰਗ ਦੇ ਵਿੱਚ ਬੜੀ ਪਾਈ। ਫਿਰ ਹੁਣ ਉਸ ਤੋਂ ਬਾਅਦ ਫਿਰ ਕਿੰਨਾ ਟਾਈਮ ਪ੍ਰੈਕਟਿਸ ਅੱਜ ਕੱਲ੍ਹ ਕਰ ਰਹੇ ਹੋ, ਕਿਸ ਤਰ੍ਹਾਂ ਹੁਣ ਤਿਆਰੀ ਜਿਹੜੀ ਓਲੰਪਿਕ ਖੇਡਾਂ ਦੀ ਹੋ ਰਹੀ ਹੈ? ਹੁਣ ਤਾਂ ਬਾਬੇ ਦੀ ਕਿਰਪਾ ਜੀ, ਮੈਂ ਮੈਨੂੰ ਲੱਗਦਾ ਵੀ ਮੈਂ ਜਿਹੜੀ 28 ਤਰੀਕ ਨੂੰ ਮੈਂ ਵਧੀਆ ਕਰੂੰਗਾ। ਮਤਲਬ ਤਿਆਰੀ ਕਿੰਨਾ ਟਾਈਮ ਹੋ ਰਹੀ ਹੈ, ਕਿਸ ਤਰ੍ਹਾਂ ਤਿਆਰੀ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ? ਥੋੜੇ ਦਿਨ ਨੇ ਹੁਣ ਤਾਂ ਓਲੰਪਿਕ ਖੇਡਾਂ ਦੇ ਵਿੱਚ, ਕਿੰਨਾ ਟਾਈਮ ਆਪਣੇ ਆਪ ਨੂੰ ਦੇ ਰਹੇ ਹੋ, ਕਿੰਨਾ ਟਾਈਮ ਜਿਹੜਾ ਗਰਾਊਂਡ ਦੇ ਵਿੱਚ? ਭਾਜੀ ਹੁਣ ਤਾਂ ਤਿਆਰੀ ਦੇਖੋ, ਹੁਣ ਤਾਂ 30 ਦਿਨ ਰਹਿ ਗਏ, ਹੁਣ ਤਾਂ ਜੋ ਆ ਮੇਨਟੇਨ ਕਰਨਾ ਉਹਨੂੰ, ਕਿਉਂਕਿ ਹੁਣ ਇਹ 30 ਦਿਨਾਂ ਦੇ ਵਿੱਚ ਜੇ ਕੋਈ ਵਰਕ ਛੇੜਛਾੜ ਕਰਾਂਗੇ ਉਹਨਾਂ ਥਰੋ ਡਾਊਨ ਜ਼ਰੂਰ ਆ ਸਕਦੀ, ਵਧਣੀ ਨਹੀਂ ਹੈਗੀ, ਹੁਣ ਤਾਂ ਬਸ ਇਹੀ ਵਰਕ ਨੂੰ ਥੋੜਾ ਜਿਹਾ ਲੋਡ ਘਟਾ ਕੇ ਥਰੋ ਵਧਾ ਸਕਦੇ ਹਾਂ, ਮਤਲਬ ਜੇ ਛੇੜਛਾੜ ਨਹੀਂ ਕਰ ਸਕਦੇ ਹਾਂ 30 ਦਿਨ ਦੇ ਵਿੱਚ।
अच्छा ਤੁਸੀਂ ਇੱਕ ਗੱਲ ਪਹਿਲਾਂ ਕਹੀ ਸੀ ਕਿ ਹਲੇ ਵੀ ਤੁਸੀਂ ਮਤਲਬ ਉਨੇ ਫਿਟ ਨਹੀਂ ਹੈਗੇ ਜਿੰਨਾ ਤੁਸੀਂ ਆਪਣੇ ਆਪ ਨੂੰ ਪਹਿਲਾਂ ਮੰਨਦੇ ਸੀਗੇ, ਫਿਰ ਇਸ ਤਰ੍ਹਾਂ ਦਾ ਪ੍ਰੈਸ਼ਰ ਲੈ ਕੇ ਓਲੰਪਿਕ ਦੇ ਵਿੱਚ ਜਾਓਗੇ ਕਿ ਮੈਂਟਲੀ ਤੌਰ ਤੇ ਇਸ ਚੀਜ਼ ਦਾ ਪ੍ਰੈਸ਼ਰ ਰਹੇਗਾ ਕਿ ਮੈਂ ਮਤਲਬ ਫਿਟ ਨਹੀਂ ਹੈਗਾ ਇਸ ਟਾਈਮ? ਉਹ ਬਾਜੀ ਮਤਲਬ ਫਿਟ ਇਦਾਂ ਕਹਿ ਸਕਦੇ ਆ, ਮੈਂ ਨਾ ਜਦੋਂ ਆਪਾਂ ਸਰਕਲ ਦੇ ਵਿੱਚ ਖੜਦੇ ਨੇ ਸਟਾਰਟ ਤੇ ਗੋਲਾ ਲੈ ਕੇ, ਜਾਂ ਜਦੋਂ ਆਪਾਂ ਉੱਥੋਂ ਰੋਟੇਟ ਕਰਨਾ ਹੁੰਦਾ ਨਾ ਨੀ, ਮੇਰੇ ਉੱਤੇ ਪੇਨ ਹੋ ਜਾਂਦੀ ਭਾਜੀ, ਜਿੱਥੇ ਆਪਾਂ ਨੂੰ ਪੂਰਾ ਪ੍ਰੈਸ਼ਰ ਪੈਣਾ ਚਾਹੀਦਾ ਨਾ ਗੋਡੇ ਤੇ, ਉਹ ਪ੍ਰੈਸ਼ਰ ਨਹੀਂ ਪੈ ਰਿਹਾ ਮੇਰੇ ਤੋਂ ਹਲੇ ਪੂਰਾ ਪ੍ਰੋਪਰ। ਉਹਦੇ ਕਰਕੇ ਮੈਂ ਸਟ੍ਰੈਂਥਿੰਗ ਵਗੈਰਾ ਕਰ ਰਿਹਾ, ਹੋਰ ਰਿਕਵਰ ਹੋ ਰਿਹਾ ਜੀ, ਮਤਲਬ ਆਹ ਜਿਹੜਾ ਕੰਪਨੀ ਨੇ ਖੇਡਿਆ ਮੇਰਾ ਸਹੀ ਚੱਲ ਰਿਹਾ, ਇੱਥੇ ਕੋਈ ਪ੍ਰੋਬਲਮ ਆਈ ਨਹੀਂ ਮੈਨੂੰ। ਮਤਲਬ ਕਿੰਨਾ ਕੁ ਦਿਨ 'ਚ ਜਿਹੜੇ ਤੁਸੀਂ ਇਹ ਕਹਿ ਰਹੇ ਹੋ ਆਪਣੇ ਆਪ ਨੂੰ ਜਿਹੜਾ 100% ਫਿੱਟ ਕਰ ਲੋਗੇ ਹੁਣ? ਨਹੀਂ ਹੁਣ ਮੈਨੂੰ ਮਤਲਬ ਹੁਣ ਜਿਹੜਾ ਮੈਂ ਕੰਪਨੀ ਨੇ ਖੇਡਿਆ ਮੈਨੂੰ ਇੱਥੇ ਕੋਈ ਪੇਨ ਹੋਈ ਨਹੀਂ ਹੈਗੀ, ਬਾਬਾ ਮਿਹਰ ਕਰੇ ਵਧੀਆ ਕਰਾਂਗੇ, ਓਲੰਪਿਕ 'ਚ ਵੀ ਵਧੀਆ ਕਰਾਂਗੇ ਤੇ ਆ ਇੰਟਰਸਟੇਟ ਤੇ ਵੀ ਮੈਂ ਵਧੀਆ ਕਰਾਂਗਾ। ਅੱਛਾ ਤੇਂਦਰ, ਓਲੰਪਿਕ ਦੇ ਵਿੱਚ ਕੀ ਕਿਸ ਤਰ੍ਹਾਂ ਦੀ ਤੁਸੀਂ ਹੁਣ ਤਿਆਰੀ ਬਾਰੇ ਸੋਚਿਆ ਕਿ ਚਲੋ ਫਿਟਨੈਸ ਲੈਵਲ ਤਾਂ ਹੋ ਗਿਆ, ਇੱਕ ਮੈਂਟਲੀ ਜਿਹੜਾ ਪ੍ਰੈਸ਼ਰ ਹੁੰਦਾ ਇੱਕ ਵੱਡੇ ਟੂਰਨਾਮੈਂਟ ਦਾ, ਉਹ ਹੈਂਡਲ ਕਰਨਾ, ਮਤਲਬ ਜਿਹਨੇ ਹੈਂਡਲ ਕਰ ਲਿਆ ਉਹ ਸਮਝ ਲਓ ਮਤਲਬ ਪਾਰ ਹੋ ਗਿਆ, ਉਹਨੇ ਮੈਡਲ ਜਿੱਤ ਲਿਆ, ਚੰਗਾ ਪ੍ਰਦਰਸ਼ਨ ਕਰਤਾ, ਤੁਸੀਂ ਕਿਸ ਤਰ੍ਹਾਂ ਦੀ ਤਿਆਰੀ ਨਾਲ ਸੋਚਿਆ ਕਿ ਓਲੰਪਿਕ ਦੇ ਵਿੱਚ ਮੈਂ ਜਾਊਂਗਾ, ਮੇਰਾ ਕੰਪੀਟੀਸ਼ਨ ਹੋਊਗਾ, ਮੈਂ ਇਸ ਤਰ੍ਹਾਂ ਖੇਡਣਾ, ਇਸ ਤਰ੍ਹਾਂ ਨਾਲ ਪਰਫਾਰਮੈਂਸ ਦੇਣੀ ਹੈ, ਕਿਉਂਕਿ ਪੂਰੀ ਦੁਨੀਆ ਦੇ ਐਥਲੀਟ ਉੱਥੇ ਆਏ ਹੋਣਗੇ? ਮੈਂ ਨਾ ਭਾਈ 2019 ਦੇ ਵਿੱਚ ਵਰਲਡ ਚੈਂਪੀਅਨਸ਼ਿਪ ਖੇਲੀ ਸੀ ਦੋਹਾ 'ਚ, ਉੱਥੇ ਨਾ ਇਹ ਜਿਹੜੇ ਓਲੰਪਿਕ 'ਚ ਜਾਣੇ ਉਹੀ ਬੰਦੇ ਉੱਥੇ ਆਉਂਦੇ ਨੇ, ਉੱਥੇ ਮੈਨੂੰ ਮੈਂ ਪ੍ਰੈਸ਼ਰ ਲੈ ਗਿਆ, ਮੇਰੇ ਤੋਂ ਨਾ ਮੈਂ ਫਾਈਨਲ 'ਚ ਨਹੀਂ ਪਹੁੰਚ ਸਕਿਆ, ਤੇ ਮੈਂ ਉਹ ਚੀਜ਼ ਫਿਰ ਮੈਂ ਜਦੋਂ ਰੂਮ 'ਚ ਆਇਆ ਮੈਂ ਰਿਅਲਾਈਜ਼ ਕੀਤੀ ਵੀ ਮੈਨੂੰ ਆਪਣੀ ਥਰੋ ਵੱਲ ਫੋਕਸ ਰੱਖਣਾ ਚਾਹੀਦਾ ਸੀ, ਨਾ ਕਿ ਮੈਂ ਉਹਨਾਂ ਦੀਆਂ ਥਰੋ ਵੱਲ ਦੇਖਣਾ ਚਾਹੀਦਾ। ਮੈਂ ਉਹੀ ਚੀਜ਼ ਹੀ ਹੁਣ ਓਲੰਪਿਕ ਦੇ ਵਿੱਚ ਸੋਚੂਗਾ ਵੀ ਮੈਂ ਆਪਣੀ ਥਰੋ ਮਾਰਨੀ ਹੈ, ਮੇਰਾ ਟਾਰਗੇਟ ਆਈ 5 ਕ੍ਰੋਸ ਕਰਨਾ ਓਲੰਪਿਕ, ਕੋਈ 24 ਮੀਟਰ ਲਾਵੇ ਕੋਈ 23 ਮੀਟਰ ਲਾਵੇ ਮੈਨੂੰ ਆਪਾਂ ਨੂੰ ਕੁਛ ਨੀ, ਹਨਾ, ਮੈਂ ਮੇਰਾ ਮੇਰਾ ਸਿਰਫ ਟਾਰਗੇਟ ਆ 22 ਕ੍ਰੋਸ ਕਰਨਾ, ਮੈਂ ਪਹਿਲਾਂ ਇੰਡੀਅਨ ਬਣਨਾ ਚਾਹੁੰਦਾ ਵੀ ਜਿਹੜਾ 22 ਮੀਟਰ ਦਾ ਬੈਰੀਅਰ ਕ੍ਰੋਸ ਕਰੇ। ਹੁਣ ਤੁਸੀਂ ਓਲੰਪਿਕ ਕੁਆਲੀਫਾਈ ਕੀਤਾ, ਮਤਲਬ ਇੱਥੇ ਤੱਕ ਤੁਸੀਂ ਪਹੁੰਚੇ ਹੋ, ਹੁਣ ਤੱਕ 26 ਸਾਲ ਤੁਹਾਡੀ ਉਮਰ ਹੋ ਗਈ, ਬਹੁਤ ਜਿਹੜਾ ਨਾਮ ਤੁਸੀਂ ਹੁਣ ਤੱਕ ਖੱਟ ਚੁੱਕੇ ਹੋ, ਏਸ਼ੀਅਨ ਖੇਡਾਂ 'ਚ ਮੈਡਲ ਵੀ ਜਿੱਤ ਚੁੱਕੇ ਹੋ, ਇਹ ਸਿਹਰਾ ਤੁਸੀਂ ਹੁਣ ਤੱਕ ਕਿਹਨੂੰ ਦਿੰਦੇ ਹੋ, ਓਲੰਪਿਕ ਕੁਆਲੀਫਾਈ ਕਰਨ ਦਾ ਜਾਂ ਇੱਥੇ ਤੱਕ ਪਹੁੰਚਣ ਦਾ? ਦੇਖੋ ਸਟਾਰਟਿੰਗ 'ਚ ਮੈਂ ਗੇਮ ਕਰਦੇ ਨਾ 6-7 ਸਾਲ, ਮੈਂ ਆਪਣੇ ਚਾਚਾ ਜੀ ਕੋਲ ਗੁਰਦੇਵ ਸਿੰਘ ਪੰਜਾਬ ਪੁਲਿਸ ਨੇ, ਉਹ ਵੀ ਸ਼ੋਟ ਪੁੱਟ ਕਰਦੇ ਨੇ, ਉਹਨਾਂ ਤੋਂ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ, ਮੈਂ ਸਟਾਰਟਿੰਗ ਉਹਨਾਂ ਤੋਂ ਕੀਤੀ ਹੈ ਜੀ, ਉਹਨਾਂ ਕੋਲ ਵੀ ਮੈਂ ਮਤਲਬ 19-20 ਮੀਟਰ ਥਰੋ ਲਾਈ ਉਹਨਾਂ ਕੋਲ, ਫਿਰ 2014-15 'ਚ ਮੈਨੂੰ ਉਹਨਾਂ ਨੇ ਢਿੱਲੋ ਕੋਚ ਸਾਹਿਬ ਕੋਲ ਭੇਜਤਾ, ਉਹਨਾਂ ਨੇ ਕੋਈ ਰੀਜ਼ਨ ਸੀ ਬਾਹਰ ਜਾਣਾ ਸੀਗਾ ਨਾ, ਫਿਰ ਮੈਂ ਕੋਚ ਸਾਹਿਬ ਕੋਲ ਆਇਆ ਤੇ ਕੋਚ ਸਾਹਿਬ ਕੋਲ ਆ ਕੇ ਮਤਲਬ ਮੇਰੀਆਂ ਵੱਡੀਆਂ ਥਰੋਆਂ ਵੱਜੀਆਂ, ਮੈਂ ਕੰਪੀਟੀਸ਼ਨ ਤੇ ਇੰਟਰਨੈਸ਼ਨਲ ਮੀਟਾਂ ਤੇ ਢਿੱਲੋ ਸਾਹਿਬ ਕੋਲ ਮਤਲਬ ਮੇਰੀ ਪਰਫੋਰਮੈਂਸ ਆਈ, ਜਿਹੜੀਆਂ ਜਿਹੜੀਆਂ ਕਮੀਆਂ ਸੀ ਇਹਨਾਂ ਨੇ ਟੈਕਨੀਕ 'ਚੋਂ ਦੂਰ ਕੀਤੀਆਂ, ਜਿਹੜੀ ਵੇਟ ਲਿਫਟਿੰਗ ਪਾਵਰ ਘੱਟ ਸੀ ਪਾਵਰ ਇੰਪਰੂਵ ਕੀਤੀ। ਫਿਰ ਤੁਸੀਂ ਸਾਰਾ ਸਿਹਰਾ ਢਿੱਲੋ ਸਾਹਿਬ ਨੂੰ ਦੇ ਰਹੇ ਹੋ ਕਿ ਉਹਨਾਂ ਦੀ ਬਦੌਲਤ ਬਿਲਕੁਲ। ਹੁਣ ਦੇਖੋ ਜੀ, ਹੁਣ ਮੈਂ ਤੁਹਾਨੂੰ ਦੱਸਦਾ ਜੀ, ਹੁਣ ਪਿਛਲੇ 1.5 ਸਾਲ ਤੋਂ ਅੰਦਰ ਬੰਦ ਨੇ ਮੇਰੇ ਨਾਲ ਹੀ, ਕੋਚ ਸਾਹਿਬ ਦੀ ਪੋਤੀ ਹੋਈ, ਆਪਣੀ ਸਾਰੀ ਫੈਮਿਲੀ ਉਹਨਾਂ ਦੀ ਆਸਟ੍ਰੇਲੀਆ ਬੈਠੀ ਆ, ਉਹ ਸਿਰਫ ਇਕੱਲੇ ਮੇਰੇ ਕਰਕੇ ਇੱਥੇ ਨੇ, ਮਤਲਬ ਇੰਨਾ ਸੈਕਰੀਫਾਈਸ ਕਰ ਰਹੇ ਨੇ ਮੇਰੇ ਲਈ। ਅੱਛਾ ਅੱਗੇ ਹੁਣ ਤੁਸੀਂ ਆਪਣੇ ਫਿਊਚਰ ਬਾਰੇ ਕੀ ਸੋਚਿਆ, ਜੇ ਇੱਕ ਹਲਕਾ ਜਿਹਾ ਚਲੋ ਸਵਾਲ ਪੁੱਛ ਲਈਏ, ਵਿਆਹ ਦਾ ਕਦੋਂ ਸੋਚ ਰਹੇ ਹੋ, ਵੀ ਕਦੋਂ ਤੱਕ ਹੋ ਜਾਏਗਾ ਵਿਆਹ? ਭਾਈ ਦਸੰਬਰ ਦੇ ਪਹਿਲਾਂ ਤਾਂ ਸੀਗਾ ਮੇਰਾ, ਲਾਸਟ ਦਸੰਬਰ ਦੇ ਵਿੱਚ ਹੀ, 20 ਵਾਲੀ ਦਸੰਬਰ 'ਚ, ਉਦੋਂ ਫਿਰ ਫਲਾਈਟਾਂ ਬੰਦ ਸੀ ਫਿਰ ਜਿਹੜੇ, ਕਿਉਂਕਿ ਸਾਡੇ ਰਿਸ਼ਤੇਦਾਰ ਸਾਰੇ ਬਾਹਰ ਹੀ ਨੇ, ਅਮੈਰੀਕਾ ਕੈਨੇਡਾ ਹੀ, ਤੇ ਫਿਰ ਉਹਨਾਂ ਨੇ ਪ੍ਰੈਸ਼ਰ ਪਾਇਆ ਕਹਿੰਦੇ ਵੀ ਲੇਟ ਕਰੋ, ਹੁਣ ਮੈਂ ਆਹ ਦਸੰਬਰ ਦੇ ਵਿੱਚ ਜੀ। ਅੱਛਾ ਤਜਿੰਦਰ, ਹੁਣੇ ਇੱਕ ਅਸੀਂ ਬਹੁਤ ਵੱਡੇ ਇੱਕ ਮਹਾਨ ਐਥਲੀਟ ਨੂੰ ਖੋ ਕੇ ਹਟਿਆ, ਮਿਲਖਾ ਸਿੰਘ ਜੀ ਨੂੰ, ਤੁਸੀਂ ਮਿਲਖਾ ਸਿੰਘ ਦੀ ਜ਼ਿੰਦਗੀ ਤੋਂ ਕਿੰਨਾ ਕੁ ਪ੍ਰਭਾਵਿਤ ਹੋਏ ਹੋ, ਕਿਉਂਕਿ ਉਹ ਉਹਨਾਂ ਵਰਗਾ ਐਥਲੀਟ ਮਤਲਬ ਭਾਰਤ 'ਚ ਹੁਣ ਤੱਕ ਤਾਂ ਪੈਦਾ ਨਹੀਂ ਹੋਇਆ, ਉਹ ਵੀ ਇਹ ਗੱਲ ਕਹਿੰਦੇ ਸੀ ਕਿ ਮੈਨੂੰ ਵੀ ਮਾਣ ਹੋਏਗਾ ਕਿ ਕੋਈ ਐਥਲੀਟ ਹੈ ਜਿਹੜਾ ਉਹ ਭਾਰਤ ਦਾ ਨਾਮ ਰੋਸ਼ਨ ਕਰੇ, ਓਲੰਪਿਕ ਦੇ ਵਿੱਚ ਉਹ ਮੈਡਲ ਲੈ ਕੇ ਆਵੇ। ਮੈਨੂੰ ਨਾ ਉਹਨਾਂ ਦੀ ਇੱਕ ਗੱਲ ਬਹੁਤ ਯਾਦ ਆਉਂਦੀ ਹੈ, ਜਦੋਂ 2018 ਦਾ ਏਸ਼ੀਅਨ ਗੇਮਸ ਦਾ ਇਹਨਾਂ ਨੇ ਕੈਸ਼ ਸੈਰੇਮਨੀ ਕੀਤੀ ਸੀ ਨਾ ਚੰਡੀਗੜ੍ਹ, ਉਦੋਂ ਮਿਲਖਾ ਸਿੰਘ ਜੀ ਵੀ ਉੱਥੇ ਆਏ ਸੀਗੇ, ਤੇ ਮੈਂ ਜਦੋਂ ਮੇਰੀ ਵਾਰੀ ਆਈ ਮੈਂ ਉੱਪਰ ਗਿਆ ਸਟੇਜ ਤੇ, ਤੇ ਮੈਨੂੰ ਥਾਪੀ ਦੇ ਕੇ ਕਹਿੰਦੇ ਸਾਰਿਆਂ ਨੂੰ ਦੱਸ ਰਹੇ, ਸੀਐਮ ਸਰ, ਨਵਜੋਤ ਸਰ, ਸਾਰੇ ਕਰੇ ਕਹਿੰਦੇ ਇਹ ਮੁੰਡਾ ਕਰ ਸਕਦਾ ਜੀ, ਮੈਨੂੰ ਅੱਜ ਵੀ ਮੈਨੂੰ ਯਾਦ ਆ ਜੀ, ਤੇ ਮੈਂ ਉਹਨਾਂ ਦੇ ਬੋਲਾਂ ਤੇ ਸਹੀ ਉਤਰਨ ਦੀ ਕੋਸ਼ਿਸ਼ ਕਰੂੰਗਾ, ਤੇ ਬਾਕੀ ਉਹ ਸਾਡੇ ਸਾਰਿਆਂ ਲਈ ਇੱਕ ਮੋਟਿਵ ਨੇ, ਹਨਾ, ਵੀ ਜਿਹੜੇ ਪਾਰਟੀਸ਼ਨ ਤੋਂ ਬਾਅਦ ਕਿਵੇਂ ਇੱਧਰ ਇੰਡੀਆ ਆਏ, ਫਿਰ ਕਿਵੇਂ ਉਹਨਾਂ ਨੇ ਸਟਰਗਲ ਕੀਤੀ, ਕਿਵੇਂ ਉਹਨਾਂ ਦੇ ਫੈਮਿਲੀ ਦੇ ਨਾਲ ਦੂਸਰੇ ਉੱਧਰ ਪਾਕਿਸਤਾਨ ਦੇ ਵਿੱਚ ਜਿਵੇਂ ਆਪਾਂ ਮੂਵੀ ਦੇ ਵਿੱਚ ਦਿਖਾਇਆ ਕਿਵੇਂ ਹੋਇਆ, ਹਨਾ, ਉਹ ਸਾਡੇ ਲਈ ਸਾਰੇ ਇੰਸਪੀਰੇਸ਼ਨ ਨੇ। ਜਾਂ ਫਿਰ ਤੁਸੀਂ ਮਤਲਬ ਉਹਨਾਂ ਦਾ ਸੁਪਨਾ ਪੂਰਾ ਕਰਨ ਦੀ ਕੋਸ਼ਿਸ਼ ਇਸ ਵਾਰ ਕਰ ਰਹੇ ਹੋ?
ਮਤਲਬ ਬਹੁਤ ਵੱਡੀ ਉਮੀਦ ਬਿਲਕੁਲ ਤੁਹਾਡੇ ਕੋਲ, ਬਿਲਕੁਲ ਕਿਉਂਕਿ ਪੰਜਾਬ ਦੇ ਪਲੇਅਰ ਵੀ ਨੇ, ਕਿਉਂਕਿ ਜਿਹੜਾ ਪੰਜਾਬ ਦਾ ਫਿਊਚਰ ਹੈ ਉਹ ਤੁਹਾਡੇ ਤੋਂ ਬਹੁਤ ਕੁਝ ਸਿੱਖਦਾ ਹਾਂਜੀ। ਆਉਣ ਵਾਲੇ ਸਮੇਂ ਦੇ ਵਿੱਚ। ਹੁਣ ਤੁਸੀਂ ਇੱਕ ਚੀਜ਼ ਦੇਖਿਓ ਜੀ, ਹੁਣ ਮੈਂ 21.5 ਮੀਟਰ ਥਰੋ ਲਾਤੀ, ਜਿਹੜੇ ਮੇਰੇ ਪਿਛਲੇ ਜੂਨੀਅਰ ਆ ਰਹੇ ਨੇ ਉਹਨਾਂ ਨੂੰ 20 ਮੀਟਰ ਤੇ ਖੁਸ਼ੀ ਨਹੀਂ ਹੋ ਰਹੀ ਹੋਣਾ, ਉਹਨਾਂ ਨੂੰ ਆਏ ਆ ਵੀ ਅਸੀਂ ਵੀ 21 ਮੀਟਰ ਮਾਰਨਾ, ਇਸ ਤਰ੍ਹਾਂ ਹੀ ਮਤਲਬ ਬੈਰੀਅਰ ਕ੍ਰੋਸ ਹੋਣਗੇ ਹਨਾ। ਜਦੋਂ ਆਪਾਂ 22 ਮੀਟਰ ਲਾ ਦਈਏ ਉਹਨਾਂ ਨੂੰ 21 ਮੀਟਰ ਨਹੀਂ ਵਧੀਆ ਲੱਗਣੀ ਥੋੜੀ। ਹੁਣ ਜੈਵਲਿਨ ਦੇ ਵਿੱਚ ਤੁਸੀਂ ਦੇਖ ਲਓ, ਨੀਰਜ ਚੋਪੜਾ ਨੇ 88 ਮੀਟਰ ਲਾਈ ਤੇ ਇਸ ਟਾਈਮ ਮੇਰੇ ਹਿਸਾਬ ਨਾਲ ਇੰਡੀਆ ਦੇ ਵਿੱਚ 80 ਮੀਟਰ ਤੇ ਮੈਡਲ ਨਹੀਂ ਆਉਂਦਾ ਜੈਵਲਿਨ ਦਾ। ਅੱਛਾ ਤਿੰਦਰ, ਜੇ ਗੱਲ ਕਰਾਂ ਓਲੰਪਿਕ ਖੇਡਾਂ ਜਿਹੜੀਆਂ ਹੁਣ ਹੋਣ ਜਾ ਰਹੀਆਂ ਨੇ, ਕੋਰੋਨਾ ਦਾ ਪ੍ਰਭਾਵ ਅਜੇ ਵੀ ਹੈਗਾ, ਕਿ ਤੁਹਾਨੂੰ ਕੋਈ ਡਰ ਹੈ ਕਿ ਕੋਰੋਨਾ ਦੇ ਦਰਮਿਆਨ ਜਿਹੜੀਆਂ ਖੇਡਾਂ ਹੋ ਰਹੀਆਂ ਨੇ ਕਿ ਕੋਰੋਨਾ ਉੱਥੇ ਜਾ ਕੇ ਨਾ ਹੋ ਜਾਏ ਜਾਂ ਕੁਝ ਐਵੇਂ ਨਾ ਹੋ ਜਾਏ, ਕਿਉਂਕਿ ਸਾਰੀ ਦੁਨੀਆਂ ਦੇ ਐਥਲੀਟਸ ਨੇ ਆਉਣਾ ਉੱਥੇ? ਉਹਨਾਂ ਨੇ ਮਤਲਬ ਸਟ੍ਰਿਕਨੈਸ ਬਹੁਤ ਕੀਤੀ ਹੋਈ ਹੈ ਜੀ। ਇੱਕ ਤਾਂ ਉਹਨਾਂ ਨੇ ਜਿਹੜੇ ਆਪਣੇ ਦਰਸ਼ਕ ਨਹੀਂ ਆ ਰਹੇ ਉੱਥੇ ਜਮਾ ਹੀ, ਤੇ ਇੱਕ ਉਹਨਾਂ ਨੇ ਮਤਲਬ ਰਿਪੋਰਟਾਂ ਮੰਗੀਆਂ ਨੇ 3-3 ਵਾਰ ਕੰਟੀਨਿਊ ਟੈਸਟ ਦੀਆਂ, ਮਤਲਬ ਇੱਕ ਵਾਰ ਨਹੀਂ 3 ਜਾਂ 4 ਵਾਰ ਦੀ ਤੁਹਾਡੀ ਰਿਪੋਰਟ ਹੋਣੀ ਚਾਹੀਦੀ ਆ। ਉੱਥੇ ਕਿਸੇ ਨੂੰ ਮਿਲਣਾ ਨਹੀਂ ਹੈਗਾ, ਕਿਸੇ ਨਾਲ ਹੈਂਡ ਸ਼ੇਕ ਨਹੀਂ ਕਰਨਾ, ਬਹੁਤ ਸਟ੍ਰਿਕਟ ਨਹੀਂ ਉਹ, ਉਹਨਾਂ ਨੇ ਜਿਹੜੀ ਰੂਲ ਬੁੱਕ ਦਿੱਤੀ ਹੈ ਨਾ। ਅੱਛਾ ਚਲੋ, ਇੱਕ ਦੇਖਿਆ ਜਾਵੇ, ਤੁਸੀਂ ਗੱਲ ਕੀਤੀ ਦਰਸ਼ਕ ਨਹੀਂ ਹੈਗੇ, ਦਰਸ਼ਕਾਂ ਤੋਂ ਬਿਨਾਂ ਓਲੰਪਿਕ ਖੇਡਾਂ ਹੋਣ ਜਾ ਰਹੀਆਂ ਨੇ, ਦਰਸ਼ਕਾਂ ਦਾ ਕਿੰਨਾ ਕੁ ਮਤਲਬ ਤੁਸੀਂ ਮਿਸ ਕਰੋਗੇ? ਕਿਉਂਕਿ ਇੱਕ ਦਰਸ਼ਕ ਐਵੇਂ ਦੇ ਹੁੰਦਾ ਵੀ ਖਿਡਾਰੀ ਨੂੰ ਬੂਸਟ ਅਪ ਮਿਲਦਾ ਜਦੋਂ ਉਹ ਪਲੇਅਰ ਜਾਂਦਾ ਗਰਾਊਂਡ ਦੇ ਵਿੱਚ, ਖੜਾ ਹੁੰਦਾ ਆਲੇ ਦੁਆਲੇ ਜਦੋਂ ਤਾੜੀਆਂ ਵੱਜਦੀਆਂ ਨੇ ਤਾਂ ਖਿਡਾਰੀ ਦਾ ਹੌਂਸਲਾ ਵੱਧਦਾ, ਪਰ ਇਸ ਵਾਰ ਬਿਨਾਂ ਦਰਸ਼ਕਾਂ ਦੇ ਖੇਡਣੀ ਏਡੀ ਵੱਡੀ ਜਿਹੜਾ ਇਵੈਂਟ ਹੈ ਉਹ ਕਿਵੇਂ ਦਾ ਰਹੇਗਾ? ਜੀ ਆਪਾਂ ਇੰਡੀਅਨ ਨੂੰ ਤਾਂ ਆਦਤ ਹੀ ਪਈ ਹੁੰਦੀ ਬਿਨਾਂ ਦਰਸ਼ਕ ਤੋਂ, ਕਿਉਂਕਿ ਆਪਣੇ ਤਾਂ ਤੁਸੀਂ ਦੇਖਦੇ ਆ ਅਥਲੈਟਿਕ ਨੂੰ ਇੰਨੇ ਮੁੱਲਾਂ ਦਾ ਲੋਕ ਜਾਣਕਾਰ ਨਹੀਂ ਹੈਗੇ, ਆਪਣੇ ਸਟੇਡੀਅਮ ਜਦੋਂ ਕੰਪਟੀਸ਼ਨ ਹੁੰਦਾ ਸਾਰੇ ਖਾਲੀ ਹੁੰਦੇ ਨੇ ਤਕਰੀਬਨ, ਆਪਾਂ ਨੂੰ ਨਹੀਂ ਕੋਈ ਖਾਸ ਫਰਕ ਪੈਣਾ ਇੰਨਾ, ਯਾਨੀ ਤੁਹਾਨੂੰ ਕੋਈ ਫਰਕ ਨਹੀਂ ਕਿ ਹੋਣ ਦਰਸ਼ਕ ਨਾ ਹੋਣ, ਕਿਉਂਕਿ ਆਪਣੇ ਤਾਂ ਇੱਥੇ ਵੀ ਤੁਸੀਂ ਦੇਖ ਲਓ, ਤੁਸੀਂ ਅਥਲੈਟਿਕ ਮੀਟ ਕਿਤੇ ਕਿਤੇ ਚੱਲ ਜਾਓ ਤੁਹਾਨੂੰ ਸਟੇਡੀਅਮ ਖਾਲੀ ਮਿਲ ਜਾਏਗੀ ਨੈਸ਼ਨਲ ਮੀਟ। ਅੱਛਾ ਤਿੰਦਰ, ਤੁਸੀਂ ਗੱਲ ਕੀਤੀ ਕਿ ਦਰਸ਼ਕ ਨਹੀਂ ਹੁੰਦੇ ਵੀ ਇੱਕ ਵੱਡਾ ਰੀਜ਼ਨ ਹੈ, ਜਿਵੇਂ ਕ੍ਰਿਕਟ ਦੀ ਗੱਲ ਕਰੀਏ ਜਾਂ ਹੋਰ ਖੇਡ ਦੀ ਇੱਕ ਦੋ ਗੱਲ ਕਰੀਏ, ਇੰਡੀਆ ਨੂੰ ਬਹੁਤ ਪਸੰਦ ਕਰਦਾ, ਖੂਬ ਸਟੇਡੀਅਮ ਭਰਦੇ ਨੇ, ਪਰ ਅਥਲੈਟਿਕਸ ਨੂੰ ਇੰਨਾ ਲੋਕ ਲਾਈਕ ਕਿਉਂ ਨਹੀਂ ਕਰਦੇ? ਤਾਂ ਤੁਸੀਂ ਕਾਰਨ ਕੀ ਮੰਨਦੇ ਹੋ? ਜੇ ਪੰਜਾਬ ਦਾ ਵੀ ਦੇਖੀਏ, ਪੰਜਾਬ ਦੇ ਵਿੱਚ ਵੀ ਬਹੁਤ ਅਥਲੀਟ ਘੱਟ ਪੈਦਾ ਹੁੰਦੇ ਨੇ, ਭਾਰਤ ਦੇ ਵਿੱਚ ਵੀ ਦੇਖੀਏ ਗਿਣਵੇਂ ਚਿਣਵੇਂ ਹੀ ਨੇ ਜਿਹੜੇ ਤੁਸੀਂ ਖੇਡ ਰਹੇ ਹੋ, ਇਹ ਕਿਉਂ ਤੁਹਾਨੂੰ ਲੱਗਦਾ ਕਿ ਭਾਰਤ ਪਿੱਛੇ ਕਿਉਂ ਹੈ ਇਸ ਚੀਜ਼ 'ਚ? ਭਾਜੀ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਐਗਜ਼ਾਮਪਲ ਦਿੰਦਾ ਜੀ, ਮੈਂ ਕਿਸੇ ਤੇ ਕੋਈ ਮਤਲਬ ਗੱਲ ਲਾ ਕੇ ਨਹੀਂ ਕਰਦਾ, ਉਦਾਂ ਸਿੰਪਲੀ ਗੱਲ ਦੱਸਦਾ। ਹੁਣ ਮੇਰਾ ਤੇ ਰੁਪਿੰਦਰ ਦਾ ਏਸ਼ੀਅਨ ਗੇਮਾਂ 'ਚ ਅਥਲੈਟਿਕ ਮੈਡਲ ਆਇਆ, ਗੋਲਡ ਮੈਡਲ ਆਇਆ, ਸਾਨੂੰ ਵਾਅਦਾ ਕੀਤਾ ਵੀ ਅਸੀਂ DSP ਲਾਵਾਂਗੇ। ਏਸ਼ੀਅਨ ਗੇਮਾਂ ਦੇ ਵਿੱਚ ਕੰਟਰੀਆਂ ਭਾਜੀ ਆਉਂਦੀਆਂ ਨੇ, ਮੁੰਡਾ ਤਾਂ 50 ਤੋਂ 55 ਕੰਟਰੀਆਂ ਆਉਂਦੀਆਂ ਨੇ, ਤੇ ਜੇ ਆਪਾਂ ਉੱਥੇ ਕ੍ਰਿਕਟ ਦੇ ਵਰਲਡ ਕੱਪ ਦੀ ਗੱਲ ਕਰੀਏ ਮੈਕਸੀਮਮ 12 ਤੋਂ 15 ਕੰਟਰੀਆਂ ਹੁੰਦੀਆਂ, ਉੱਥੋਂ ਬੰਦੇ ਜਿੱਤਦੇ ਵੀ ਨਹੀਂ ਗਏ, ਫਾਈਨਲ 'ਚ ਜਾਂਦੇ ਨੇ ਆਉਂਦੇ ਨੇ, ਉਹਨਾਂ ਨੂੰ DSP ਸਿੱਧਾ ਡਾਇਰੈਕਟ ਲਾ ਦਿੰਦਾ। ਤੇ ਹੁਣ ਜਿੱਥੇ 50 ਤੋਂ 55 ਕੰਟਰੀਆਂ ਆਉਂਦੀਆਂ ਉਹਦਾ ਲੈਵਲ ਵੱਡਾ ਕਿ 12 ਤੋਂ 15 ਜਿਹੜੀਆਂ ਕੰਟਰੀਆਂ ਆਉਂਦੀਆਂ ਉਹਦਾ ਲੈਵਲ ਵੱਡਾ ਹੈ ਨਾ, ਤੇ ਉਹ ਫਿਰ ਜਿਹੜੇ ਸਾਡੇ ਜੂਨੀਅਰ ਨੇ ਜਾਂ ਆਸੇ ਪਾਸੇ ਦੇ ਲੋਕ ਦੇਖਦੇ ਨੇ, ਅਗਲਾ ਕਹਿੰਦਾ ਯਾਰ ਜਦੋਂ ਇਹਨਾਂ ਨੂੰ ਨੌਕਰੀ ਨਹੀਂ ਮਿਲੇਗੀ ਤੇ ਸਾਨੂੰ ਸਾਨੂੰ ਕਿਤੇ, ਸਾਡੇ ਜਵਾਕ ਹੈ ਹੁਣ ਉਹਨਾਂ ਨੂੰ ਦਿਖਦਾ ਹੁੰਦਾ ਜਿਹੜੇ ਆਪਣੇ ਆਸੇ ਪਾਸੇ ਦੇ ਲੋਕ ਹੈ ਨਾ ਵੀ ਇਹਨੂੰ 12-15 ਸਾਲ ਹੋ ਗਏ ਗੇਮ ਕਰਦੇ, ਸਾਰਾ ਕੁਝ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕਿਵੇਂ ਕਿਹੜੇ ਹਾਲਾਤਾਂ ਤੋਂ ਨਿਕਲਦੇ ਹੈ ਨਾ, ਫਿਰ ਉਹ ਆਪਾਂ ਨੂੰ ਦੇਖ ਕੇ ਉਹਨਾਂ ਨੇ ਫਿਰ ਬੱਚੇ ਨੂੰ ਗੇਮ 'ਚ ਪਾਉਣਾ ਹੁੰਦਾ। ਜਾਣੀ ਤੁਸੀਂ ਮੰਨਦੇ ਹੋ ਕਿ ਇਹ ਵੱਡਾ ਰੀਜ਼ਨ ਹੈ ਕਿ ਜਿਹੜੀ ਭਾਰਤ ਦੇ ਵਿੱਚ ਮੈਡਲ ਦਾ ਮੁੱਲ ਹੀ ਪੈਂਦਾ, ਉਹਨੂੰ ਨੌਕਰੀ ਨਹੀਂ ਮਿਲਦੀ, ਇਹ ਵੱਡਾ ਕਾਰਨ ਇੱਕ ਹੋ ਸਕਦਾ? ਭਾਜੀ ਹੁਣ ਤੁਸੀਂ ਇਹ ਦੇਖੋ, ਅਸੀਂ ਪੰਜਾਬ ਦੇ ਬੰਦੇ ਹੋ ਗਏ, ਅਸੀਂ ਬਾਹਰ ਸੈਂਟਰ 'ਚ ਕੋਈ ਕਿੱਥੇ ਜੋਬ ਕਰ ਰਿਹਾ, ਕੋਈ ਕਿੱਥੇ ਜੋਬ ਕਰ ਰਿਹਾ, ਹੁਣ ਜੇ ਸਾਡਾ ਵੀ ਜੀ ਕਰਦਾ ਵੀ ਅਸੀਂ ਪੰਜਾਬ ਦੇ ਕਿਸੇ ਡਿਪਾਰਟਮੈਂਟ ਵੱਲੋਂ, ਮੇਰੀ ਦਿਲੀ ਇੱਛਾ ਸੀਗੀ ਜੀ ਵੀ ਮੈਂ ਓਲੰਪਿਕ ਜਾਣਾ, ਵੀ ਮੈਂ ਪੰਜਾਬ ਦੇ ਕਿਸੇ ਡਿਪਾਰਟਮੈਂਟ ਵੱਲੋਂ ਕੀਤਾ। ਚਲੋ ਹੁਣ ਤੁਹਾਡਾ ਵਾਅਦਾ ਤਾਂ ਵੈਸੇ ਹੋਇਆ ਹੋਇਆ, ਕੀ ਲੱਗਦਾ ਕਿ ਉਹ ਪੂਰਾ ਹੋ ਜਾਏਗਾ? ਹਾਂਜੀ ਉਹਨਾਂ ਨੇ ਮਤਲਬ ਮੇਰੇ ਸਰਟੀਫਿਕੇਟ ਤਾਂ ਉਹਨਾਂ ਨੇ ਮੰਗੇ ਨੇ ਇੱਕ ਵਾਰੀ, ਹੁਣ ਦੇਖੋ ਉਹ ਵਧੀਆ ਹੋਊਗਾ। ਹੁਣ ਫਿਰ ਲਾਸਟ ਵਾਲਾ ਓਲੰਪਿਕ ਦੇ ਵਿੱਚ ਅਸੀਂ ਕਿਹੜਾ ਮੈਡਲ ਤਿੰਦਰਪਾਲ ਤੌਰ ਦਾ ਦੇਖ ਸਕਦੇ ਹਾਂ? ਭਾਜੀ ਮੈਂ ਮੈਡਲ ਸੋਚ ਕੇ ਨਹੀਂ ਜਾ ਰਿਹਾ, ਸੱਚੀ ਦੱਸ ਰਿਹਾ, ਮੇਰਾ ਟਾਰਗੇਟ ਆ 22 ਕ੍ਰੋਸ ਕਰਨਾ। ਮੈਂ ਲਾਸਟ ਈਅਰ ਵੀ ਮੇਰਾ ਇਹੀ ਏਮ ਸੀਗਾ, ਮੈਂ ਕੋਚ ਸਾਹਿਬ ਨੂੰ ਕਹਿੰਦਾ ਮੈਂ ਕਿਹਾ ਵੀ ਮੈਡਲ ਨਹੀਂ ਮੈਂ ਸੋਚ ਰਿਹਾ, ਮੇਰਾ ਟਾਰਗੇਟ ਆ ਵੀ ਮੈਂ 22-30 ਤੋਂ ਉੱਤੇ ਥਰੋ ਮਾਰਾਂ।
ਚਲੋ ਤੇਂਦਰ ਅਸੀਂ ਕਾਮਨਾ ਕਰਦੇ ਹਾਂ ਕਿ ਉਹਦੇ ਨਾਲ ਪਣਾ ਉਹਦੇ ਨਾਲ ਪਣਾ ਗੋਲਡ ਆ ਜੀ ਪਣਾ ਬ੍ਰਾਂਜ਼ ਆ ਜੀ ਹਾਂ ਚਲੋ ਤੇਂਦਰ ਅਸੀਂ ਕਾਮਨਾ ਕਰਦੇ ਹਾਂ ਕਿ ਓਲੰਪਿਕ ਦੇ ਵਿੱਚ ਤੁਹਾਡਾ ਮੈਡਲ ਜ਼ਰੂਰ ਆਵੇ ਕਿਉਂਕਿ ਪੰਜਾਬ ਨੂੰ ਬਹੁਤ ਵੱਡੀ ਲੋੜ ਹੈ ਇਸ ਸਮੇਂ ਇੱਕ ਇਹੋ ਜਿਹਾ ਪਲੇਅਰ ਪੈਦਾ ਹੋਵੇ ਜਿਹੜਾ ਓਲੰਪਿਕ ਦੇ ਵਿੱਚੋਂ ਮੈਡਲ ਲੈ ਕੇ ਆਵੇ ਕਿਉਂਕਿ ਪੰਜਾਬ ਦਾ ਕਿਤੇ ਹਾਕੀ ਦੇ ਵਿੱਚੋਂ ਮੈਡਲ ਮਤਲਬ ਪਹਿਲਾਂ ਪੰਜਾਬ ਦੇ ਖਿਡਾਰੀ ਲੈ ਕੇ ਆਉਂਦੇ ਸੀ ਹੁਣ ਵੱਡਾ ਹਾਕੀ ਦੇ ਵਿੱਚ ਵੀ ਨਹੀਂ ਆ ਰਿਹਾ ਅਤੇ ਹੋਰ ਗੇਮਾਂ 'ਚ ਵਿੱਚ ਵੀ ਪੰਜਾਬ ਦਾ ਮੈਡਲ ਨਹੀਂ ਆ ਰਿਹਾ ਕਿਉਂਕਿ ਪੰਜਾਬ ਨੂੰ ਇਸ ਸਮੇਂ ਬੂਸਟ ਕਰਨ ਦੀ ਲੋੜ ਹੈ ਕਿ ਤੁਹਾਡੇ ਵਰਗੇ ਪਲੇਅਰ ਮੈਡਲ ਲੈ ਕੇ ਆਉਣਗੇ ਤਾਂ ਹੋਰ ਵੀ ਜਿਹੜੇ ਖਿਡਾਰੀ ਨੇ ਉਹ ਪੰਜਾਬ ਦੇ ਵਿੱਚੋਂ ਪੈਦਾ ਹੋਣਗੇ ਅਤੇ ਦੇਸ਼ ਦੇ ਲਈ ਵੀ ਇਹ ਬੜੀ ਮਾਣ ਵਾਲੀ ਗੱਲ ਹੋਈ ਵੀ ਬਹੁਤ ਬਹੁਤ ਸ਼ੁਭਕਾਮਨਾਵਾਂ ਸਾਡੀਆਂ ਨੇ ਅਤੇ ਤੁਸੀਂ ਮੈਡਲ ਲੈ ਕੇ ਜ਼ਰੂਰ ਆਵੋ ਥੈਂਕ ਯੂ ਭਾਜੀ ਮੈਂ ਸਾਰੀ ABP ਟੀਮ ਦਾ ਮੈਂ ਬਹੁਤ ਬਹੁਤ ਥੈਂਕ ਯੂ ਕਰਦਾ ਵੀ ਸਰ ਤੁਸੀਂ ਸਾਡੀ ਆਵਾਜ਼ ਲੋਕਾਂ ਤੱਕ ਲੈ ਕੇ ਆਉਣੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੇਂਦਰ ਗੱਲਬਾਤ ਕਰਨ ਦੇ ਲਈ ਇਹ ਸਨ ਤੇਂਦਰਪਾਲ ਤੂਰ ਜਿਨ੍ਹਾਂ ਨੇ ਓਲੰਪਿਕ ਦੇ ਵਿੱਚ ਕੁਆਲੀਫਾਈ ਕੀਤਾ ਅਤੇ ਨੈਸ਼ਨਲ ਰਿਕਾਰਡ ਬਣਾ ਕੇ ਓਲੰਪਿਕ ਦੇ ਵਿੱਚ ਗਏ ਨੇ ਅਤੇ ਇਹਨਾਂ ਦਾ ਹੁਣ ਇੱਕੋ ਮੋਟਿਵ ਹੈ ਓਲੰਪਿਕ ਖੇਡਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਕਰਨ ਦਾ ਅਤੇ ਮੈਡਲ ਭਾਰਤ ਦੀ